सतनाम। वाहिगुरु साहिब जी, तेरे कवन कवन गुण कहे कहे गब, तू साहिब गुणी निधन, तुम्हारी महिमा वर्ण न सकूं, तू ठाकुर ऊच भगवन। ज्ञान ध्यान किस कर्म न जाना, सार न जाना तेरी, सब ते बड़ा सतगुर नानक, जिन कल राखी मेरी, ऊंची उपार बेअंत स्वामी। कौन जाने गुण तेरे, गाबते उदरे सुनते उदरे, बिन से पाप कनेरे, तू बेअंत को बिरला जाने। गुर प्रसाद को शब्द पछाण, सेवक की अरदास प्यारे, जप जीभा प्रभ चरण तुम्हारे, ज्यों बुलावे त्यों बोला स्वामी। कुदरत कबन हमारी, साध संगत नानक जस गायो, जो प्रभ की हाथ प्यारी। वाहिगुरु साहिब जी, राम कली महला पंजीवा, इंदन ते बैसंतर भागै, माटी को जल दह दिस त्याग, ऊपर चरण तले आकाश, घट में सिंध कियो परगास, ऐसा समरथ हर जियो आप, निमक न बिसर जी भगतन कै, आठ पैर मन ताको जाप, रहाव प्रथम माखन पास दूध, मैलो किनो साबन सूद, पैते निरपाओ डरता फिर, होंदी को अनहोंदी हिरे, देही गोपत बदही दिस, सगले साज करत जगदीस, ठगन हर अनठगदा ठग, बिन बखर फिर उठ लाग, संत सभा मिल करो बखियान, सिमरत सासत वेद पुराण, ब्रह्म विचार विचार कोए, नानक ताकी परम गत होए, ब्रह्म विचार विचारे कोए, नानक ताकि परम गत होए। परम सम्मान जो गुरु प्यारी साध संगत जी, बड़ भागे हाँ
सब अधि अपार बख्श सोइए सनमृत बेले साहब जी दी पावन हजूरी अंदर जुड़ करके अपने जीवन दिया अमोलक घड़िया वाहिगुरु जी वालों मिले सवासा नूं सफले करन दा सुभाग समा प्राप्त होया है। सुआव कुछ क समा अपनिया मनोबिरतियां नूं एकाग्र करदे होए गुरबाणी विचार दे नाल जुड़न दी खेचला करिए। जो पावन पवित्र शब्द जाप सरवण कीता है जिस दी असां विचार करनी है ये पावन पवित्र शब्द जाप शहीदां दे सरताज शांति दे पुंज बाणी के बोहित गुरु नानक साहिबा जी दे पंचम सरूप धन गुरु अर्जन देव साहिब सच्चे पातशाह महाराजियां दे पावन पवित्र रसना द्वारा उचारण होया हुआ यह शब्द है जो कि धन श्री गुरु ग्रंथ साहिब महाराजियां दे पावन पवित्र अंग नंबर 900 दे उपर रामकली राग दे विच सशोभित है। साहिबा इस शब्द विच किरपा करी ने सानू समझाउंदी आ ਉਹ ਬੇਅੰਤਤਾ ਦਾ ਮਾਲਕ ਜਿਹੜਾ ਸਰਵ ਸ਼ਕਤੀਮਾਨ ਵਾਹਿਗੁਰੂ ਹੈ ਉਹਦੀ ਸ਼ਕਤੀ ਦਾ ਕਹਿ ਲਈਏ ਆਪਾਂ ਉਹਦੀ ਤਖਤੀ ਦਾ ਕਹਿਣਾ ਕਰੀਏ ਵੀ ਵਰਣਨ ਕਰਦੇ ਆ ਸਾਡੇ ਸਾਹਮਣੇ ਰੱਖਦੇ ਵੀ ਐਸੀ ਤਾਕਤ ਦਾ ਮਾਲਕ ਵਾਹਿਗੁਰੂ ਹੈ ਇਹੋ ਜਿਹੀ ਸਮਰੱਥਾ ਰੱਖਦਾ ਭਾਈ ਅਜੀਬ ਵੇਖਣਾ ਕਰ ਸਮਝਣਾ ਕਰ ਸਮਝ ਕੇ ਐਸੇ ਮਾਲਕ ਨਾਲ ਜੁੜਨਾ ਕਰ। ਸਾਹਿਬਾ ਕਹਿੰਦੇ ਆ ਵੀ ਜਿਹੜੇ ਸਮਝ ਲੈਂਦੇ ਆ ਭਾਈ ਉਹਨਾਂ ਨੂੰ ਰੱਬ ਦੇ ਪਿਆਰੇ ਕਿਹਾ ਜਾਂਦਾ ਭਗਤ ਕਿਹਾ ਜਾਂਦਾ ਸੇਵਕ ਕਿਹਾ ਜਾਂਦਾ ਜਨ ਕਿਹਾ ਜਾਂਦਾ। ਜਿਹੜੇ ਰੱਬ ਦੇ ਪਿਆਰੇ ਆ ਜਿਹੜੇ ਗੁਣਾਂ ਨੂੰ ਮਾਲਕ ਦੀ ਤਾਕਤ ਨੂੰ ਸਮਝ ਲੈਂਦੇ ਆ ਉਹ ਫਿਰ ਸਦੀਵੀ ਵਾਹਿਗੁਰੂ ਨੂੰ ਯਾਦ ਰੱਖਦੇ ਆ ਭੁੱਲਦੇ ਨਹੀਂ ਹਨ। ਉਹ ਕਹਿੰਦੇ ਹੈ ਵੀ ਉਹਦੇ ਹੁਕਮ ਦੇ ਵਿੱਚ ਸਭ ਕੁਝ ਚੱਲਦਾ ਭਾਈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਉਹਦੇ ਮਾਣ ਮਰਿਆਦਾ ਕਾਨੂੰਨ ਕਾਇਦੇ ਵਿੱਚ ਸਭ ਕੁਝ ਚੱਲਦਾ ਉਹਦੇ ਹੁਕਮ ਕਾਇਦੇ ਕਾਨੂੰਨ ਤੋਂ ਬਾਹਰ ਕੁਛ ਨਹੀਂ ਹੈ। ਕਈ ਵਾਰ ਇਹ ਪੰਗਤੀਆਂ ਦੇ ਅਲਪੱਗ ਜੀਵ ਹੋਰ ਹੀ ਅਰਥ ਅਸੀਂ ਕਰੀ ਜਾਂਦੇ ਹਾਂ। ਅਸੀਂ ਮਾੜੇ ਕਰਮ ਕਰਦੇ ਹੋ ਵੀ ਕਹਿੰਦੇ ਹਾਂ ਵੀ ਰੱਬ ਦੇ ਹੁਕਮ 'ਚ ਹੋਇਆ ਜੀ ਇਹ ਤਾਂ ਇਹੋ ਜਿਹੀਆਂ ਗੱਲਾਂ ਭਾਵ ਕਿ ਰਹੋ ਵਿਚਾਰ ਵਿਸਥਾਰ ਵਿੱਚ ਨਾ ਜਾਈਏ ਆਪਾਂ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ। ਭਾਵ ਕਿ ਅਸਲ ਵਿੱਚ ਸਾਹਿਬਾਂ ਨੇ ਆਖਣਾ ਕੀਤਾ ਵੀ ਜੋ ਮੇਰੇ ਵਾਹਿਗੁਰੂ ਨੇ ਹੁਕਮ ਬਣਾ ਦਿੱਤਾ ਕਾਨੂੰਨ ਬਣਾ ਦਿੱਤਾ ਕਹਿ ਲਈਏ ਚਾਹੇ ਕੁਦਰਤ ਕਹਿ ਲਈਏ ਕੁਦਰਤ ਦੇ ਰੰਗਾਂ ਵਿੱਚ ਵੀ ਆਪ ਹੀ ਵੱਸਦਾ ਹੈ। ਬਹੁਤੇ ਕੁਦਰਤ ਨੂੰ ਤਾਂ ਮੰਨਦੇ ਆ ਪਰ ਕਾਦਰ ਨੂੰ ਨਹੀਂ ਮੰਨਦੇ। ਪਰ ਆਖਣਾ ਕੀਤਾ ਕੁਦਰਤ ਕਿਸ ਕੀ ਕਰੇ ਜਵਾਬਾ ਕੁਦਰਤ ਵੀ ਕੀ ਹੈ ਗੁਰੂ ਪਿਆਰਿਓ ਵੀ ਉਹ ਵੀ ਮਾਲਕ ਅੱਗੇ ਜਵਾਬ ਨਹੀਂ ਕਰਦੀ ਜੋ ਕੁ ਜੋ ਕਰਨਾ ਚਾਹੇ। ਪਰ ਇਹ ਵੀ ਨਾਲ ਕਹਿਤਾ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਕਰਕੇ ਕੁਦਰਤ ਦੇ ਵਿੱਚ ਹੀ ਉਹ ਕਾਦਰ ਵਸਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ। ਸੁਰਹੋ ਵਿਚਾਰ ਆਓ ਸਾਹਿਬਾਂ ਨੇ ਕਿਰਪਾ ਕੀਤੀ ਹੈ ਵੀ ਜਿਹੜੇ ਰੱਬ ਦੇ ਪਿਆਰੇ ਇਹ ਗੱਲਾਂ ਨੂੰ ਸਮਝਦੇ ਹੈ ਉਹ ਵਾਹਿਗੁਰੂ ਨੂੰ ਨਿਮਖ ਮਾਤਰ ਨਹੀਂ ਵਿਸਾਰਦੇ ਭੁੱਲਦੇ ਨਹੀਂ ਹਨ। ਉਹ ਕਾਇਦੇ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਮਰਿਆਦਾ ਦੇ ਵਿੱਚ ਰਹਿੰਦੇ ਆ। ਰਹਿਣਾ ਚਾਹੀਦਾ ਸਾਨੂੰ ਵੀ ਸਿੱਖਣਾ ਚਾਹੀਦਾ ਵੀ ਗੁਰਮਰਿਆਦਾ ਕੀ ਹੈ। ਇਸੇ ਕਰਕੇ ਸਾਹਿਬਾਂ ਆਖਣਾ ਕੀਤਾ ਵੀ ਇਹ ਪਿਆਰਿਆ ਇਹ ਬਾਲਕਾ ਇਹ ਬੇਗਿਆਨਿਆ ਮਾਲਕ ਦੀ ਮੱਤ ਲੈ ਲੈ ਪੜ੍ਹਦੇ ਹਾਂ ਆਪਾਂ। ਸਾਹਿਬਾਂ ਕਹਿ ਰਹੇ ਨੇ ਪੰਚਮ ਪਾਤਸ਼ਾਹ ਦੀ ਵਚਨ ਨੇ ਤਕਰੀਬਨ ਆਪਾਂ
ਇਹ ਜਾਪ ਨੂੰ ਬਹੁਤ ਪਿਆਰ ਕਰਦਿਆਂ ਪੜ੍ਹਦੇ ਹਾਂ। ਸਾਹਿਬ ਨੇ ਆਖਣਾ ਕੀਤਾ ਹੈ, ਗੁਰ ਕੀ ਮਤ ਤੂੰ ਲੇ ਇਹ ਆਣੇ, ਭਗਤ ਬਿਨਾਂ ਬਹੁ ਡੂਬੈ ਸਿਆਣੇ। ਗੁਰੂ ਕੀ ਮਤ ਲੈ ਇਹ ਆਣਿਆ ਪੁਰਖਾ, ਬੇ ਸਮਝਾ। ਸਾਹਿਬ ਕਹਿੰਦੇ ਭਗਤ ਬਿਨਾਂ, ਭਗਤੀ ਤੋਂ ਬਿਨਾਂ ਕਨਾ ਬਹੁਤ ਡੁੱਬ ਗਏ ਨੇ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ। ਬੜੇ ਡੁੱਬਦੇ ਵੇਖੇ ਆ ਸੰਸਾਰ 'ਚ, ਵੇਖ ਰਹੇ ਹਾਂ ਆਪਾਂ ਅੱਜ ਵੀ। ਜੇ ਗੁਰੂ ਕੀ ਮੱਤ ਹੋਵੇ ਕਿ ਨਾ ਸਾਡੇ ਕੋਲ ਪਤਾ ਲੱਗ ਜਾਂਦਾ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਬੜੇ ਡੁੱਬਦੇ ਹੈ। ਗੁਰੂ ਪਾਤਸ਼ਾਹ ਨੇ ਵੀ ਤਦੇ ਆਖਣਾ ਕੀਤਾ, ਵੇਖ ਕੇ ਹੀ ਸਾਨੂੰ ਭਾਵ ਕੇ ਇਹ ਵਚਨ ਤਾਂ ਮਾਲਕ ਨੇ ਸਾਡੇ ਸਾਹਮਣੇ ਰੱਖਿਆ ਵੀ ਸਾਡੇ ਵਰਗੇ ਅਲਪੱਗ ਜੀਵਾਂ ਨੂੰ ਵੀ ਪਤਾ ਲੱਗ ਜਾਵੇ। ਰੋਜ਼ਾਨਾ ਪੜ੍ਹਦੇ ਹਾਂ ਆਪਾਂ ਸੋਦਰ ਦੇ ਵਿੱਚ, ਤਿੱਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ, ਪੰਕ ਜਮੋ ਪੱਗ ਨਹੀਂ ਚਾਲੈ। ਇੱਥੇ ਆ ਕੇ ਸਾਹਿਬਾ ਕਹਿੰਦੇ ਹਮ ਦੇਖਾ, ਅਸੀਂ ਦੇਖਿਆ, ਕਹਿੰਦੇ ਤਹਿ ਡੂਬਿਆ, ਇੱਥੇ ਡੁੱਬ ਰਹੀ ਆ ਦੁਨੀਆ, ਮੋਹ ਦੇ ਚਿੱਕੜ ਦੇ ਵਿੱਚ। ਸਾਹਿਬ ਕਹਿੰਦੇ ਡੁੱਬ ਗਏ, ਬੜੇ ਡੁੱਬ ਗਏ ਆਪਣੇ ਆਪ ਨੂੰ ਸਿਆਖਿਆ ਸਿਆਣੇ ਅਖਵਾਉਣ ਵਾਲੇ, ਬੜੇ ਮੋਹ ਮਾਮਤਾ ਦੇ ਵਿੱਚ ਹੀ ਰਹਿ ਗਏ ਤੁਰੇ। ਆਰੰਭ ਤਾਂ ਇੱਥੋਂ ਹੀ ਕਰਦੇ ਹਾਂ, ਭਾਵ ਕਿ ਅਸੀਂ ਵੀ ਰੱਬ ਨੂੰ ਮਿਲਣ ਲਈ, ਪਿਆਰੇ ਨੂੰ ਪਾਉਣ ਲਈ। ਪਰ ਜਿਉਂ ਜਿਉਂ ਗਾਂਹ ਵੱਧਦਾ ਬੰਦਾ ਬਿਰਲਿਆਂ ਨੂੰ ਛੱਡ ਕੇ ਪਰਬਤਾ ਹੋਣ ਲੱਗ ਜਾਂਦੀ ਹੈ ਸੰਸਾਰ ਵਿੱਚ, ਵਡਿਆਈ ਮਾਣ ਵਡਿਆਈ, ਅਤੇ ਵਡਿਆਈ ਮਾਣ ਦੇ ਚਿੱਕੜ ਵਿੱਚ ਹੀ ਫਿਰ ਫਸ ਜਾਂਦਾ ਹੈ, ਵਧਾਵਾ ਬਹੁਤਾ ਵਧਾ ਲਈਦਾ ਹੈ, ਅਤੇ ਫਿਰ ਗੁਰੂ ਪਿਆਰੇ ਉਸ ਵਧਾਵੇ ਦੇ ਵਿੱਚ ਹੀ ਫਸ ਜਾਂਦਾ ਬੰਦਾ। ਬਾਣੀ ਵਿੱਚ ਵਚਨ ਵੀ ਬਾਬਾ ਜੀਆਂ ਨੇ ਕੀਤੇ ਹੈ, ਸਿੱਖ ਸਾਖਾ ਬਹੁਤੇ ਕੀਏ ਹਰ ਸਿਉਂ ਕਿਉਂ ਨਾ ਮੀਤ। ਕਹਿੰਦੇ ਸਿੱਖ ਸਾਖਾ ਵੀ ਚੇਲੇ ਚਾਟੜੀ ਬਹੁਤੇ ਬਣਾ ਲਏ, ਬੜੇ ਬਣਾ ਲਏ, ਬਿਰਲਿਆਂ ਨੂੰ ਛੱਡ ਕੇ ਵੀ ਐਸੀ ਹਾਲਤ ਹੈ। ਅੱਜ ਧਰਮ ਦੇ ਨਾਂ ਵਿੱਚ ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਧਰਮੀ ਹੈ ਭਾਈ, ਤੁਰਦਾ ਇੱਧਰ ਨੂੰ, ਆਹ ਹਾਲਤ ਕਹਿੰਦੇ ਵੀ ਸਿੱਖ ਸਾਖਾ ਬਹੁਤੇ ਕੀਏ, ਆਪਣੇ ਭਾਵ ਕੇ ਸਾਖੇ ਦਾ, ਸਿੱਖ ਸਾਖੇ ਦਾ ਭਾਵ ਹੀ ਚੇਲੇ ਚਾਟੜੇ ਬਹੁਤੇ ਬਣਾ ਲਏ, ਮਰੀਦ ਬਹੁਤੇ ਬਣਾ ਲਏ। ਹਰ ਸਿਉਂ ਕਿਉਂ ਨਾ ਮੀਤ, ਹਰੀ ਨੂੰ ਮਿੱਤਰ ਬਣਾਉਣਾ ਸੀ, ਵਾਹਿਗੁਰੂ ਨੂੰ ਬਣਾਉਣਾ ਸੀ, ਉਹਦੇ ਵੱਲ ਤਾਂ ਵੇਖਣਾ ਹੀ ਨਹੀਂ ਕੀਤਾ, ਮਿੱਤਰ ਤਾਂ ਪਾਈ ਹੋਈ ਕੋਈ ਨਹੀਂ। ਚਾਲੇ ਥੇ ਹਰ ਮਿਲਣ ਕੋ, ਬਾਬਾ ਜੀ ਕਹਿੰਦੇ ਚੱਲਿਆ ਤਾਂ ਸੀ ਭਾਈ ਹਰੀ ਵਾਲੇ ਪਾਸੇ ਨੂੰ, ਰੱਬ ਨੂੰ ਮਿਲਣ ਲਈ, ਪਿਆਰੇ ਨੂੰ ਪਾਉਣ ਲਈ ਚੱਲਿਆ ਸੀ, ਪਰ ਕੀ ਹੋ ਗਿਆ, ਵਿੱਚ ਹੀ ਅਟਕਿਓ ਚੀਤ। ਕਹਿੰਦੇ ਬਸ ਸਿੱਖ ਸਾਖਿਆਂ ਦੇ ਵਿੱਚ ਹੀ ਭਾਵ ਕੇ ਦੁਨੀਆਂ ਦੀ ਵਡਿਆਈ ਵਿੱਚ ਹੀ ਪੈ ਗਿਆ, ਇੱਕ ਦੋ ਚਾਰ ਭਾਵ ਕੇ ਪਰਿਵਾਰ ਦੇ ਮੈਂਬਰਾਂ ਨੂੰ ਛੱਡ ਕੇ ਚੱਲਿਆ ਸੀ, ਅਤੇ ਬਹੁਤਾ ਹੀ ਇਕੱਠ ਗਾਂ ਅੱਗੇ ਬਹੁਤਾ ਹੀ ਵਧਾਵਾ ਵਧਾ ਲਿਆ। ਅਤੇ ਸਾਹਿਬ ਕਹਿੰਦੇ ਇੱਥੇ ਕੀ ਦੁਨੀਆਂ ਫਸ ਗਈ ਹੈ, ਰੱਬ ਨੂੰ ਮਿਲਣ ਲਈ ਵੀ ਤੁਰਿਆ, ਅਤੇ ਫਿਰ ਵੀ ਗੁਰੂ ਪਿਆਰਿਓ ਕੋਈ ਬਿਰਲਾ ਜਿਹੜਾ ਪਾਰ ਹੋਇਆ ਨਹੀਂ, ਮੋਹ ਮਾਇਆ ਮਮਤਾ ਦੀ ਚਿੱਕੜ ਵਿੱਚ ਹੀ ਫਸ ਕੇ ਰਹਿ ਗਿਆ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ, ਹਮ ਦੇਖਾ ਤਹਿ ਡੂਬਿਆ ਲੇ, ਮਨ ਏਕ ਨਾ ਚੇਤ ਸਮੂੜ ਮਨਾ। ਕਹਿੰਦੇ ਮਨਾ ਉਹ ਇੱਕ ਨੂੰ ਤਾਂ ਚੇਤੇ ਨਹੀਂ ਕੀਤਾ, ਭੁੱਲ ਗਿਆ। ਇੱਕ ਕਿਹਦੇ ਯਾਦ ਹੈ, ਬਿਰਲਿਆਂ ਨੂੰ ਛੱਡ ਕੇ, ਭਾਵ ਕੇ ਇੱਕ ਜਿਹੜਾ ਯਾਦ ਵਿੱਚ ਰੱਖਣਾ ਸੀ ਉਹ ਭੁੱਲ ਗਿਆ। ਯਾਦ ਕੀ ਹੈ ਬਈ, ਮੇਰੀ ਤਾਂ ਉਹ ਤੱਕ ਦੋਸਤੀ ਹੈ ਬਈ, ਅਸੀਂ ਕਹਿੰਦੇ ਹਾਂ ਬਈ ਬੜੀ ਦੂਰ ਤੱਕ ਜਾਣ ਪਛਾਣ ਹੈ ਮੇਰੀ, ਬੜਿਆਂ ਨੂੰ ਮੈਂ ਜਾਣਦਾ, ਉੱਥੇ ਉੱਥੇ ਜਾ ਰਿਹਾ, ਬੜੀ ਦੁਨੀਆਂ ਵਿੱਚ ਘੁੰਮ ਲਿਆ, ਬੜੀ ਦੂਰ ਤੱਕ ਬਣਾ ਲਈ ਹੈ। ਪਰ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੂੰ ਪਛਾਣਨਾ ਸੀ, ਜਿਹਨੂੰ ਪਾਉਣਾ ਸੀ, ਜਿਹਦੇ ਨਾਲ ਸਾਂਝ ਬਣਾਉਣੀ ਸੀ, ਉਹਨੂੰ ਇਹਨੇ ਯਾਦ ਨਹੀਂ ਕੀਤਾ। ਮਨ ਏਕ ਨਾ ਚੇਤ ਸਮੂੜ ਮਨਾ ਮੂਰਖਾ, ਇੱਕ ਨੂੰ ਤਾਂ ਭੁੱਲ ਹੀ ਗਿਆ, ਜਿਹਨੇ ਤੇਰੇ 'ਤੇ ਐਡੀ ਕਿਰਪਾ ਕੀਤੀ ਆ, ਦਾਤਾਂ ਦਿੱਤੀਆਂ, ਮਤ ਬੁੱਧ ਤਾਕਤ ਦਿੱਤੀ ਹੈ, ਬਖਿਆਣ ਦਿੱਤਾ, ਕਹਿ ਲਈਏ ਆਪਾਂ ਵੀ ਆਹ ਕਰਮ ਦਿੱਤੇ ਚੰਗੇ, ਉਹਨੂੰ ਭੁੱਲ ਗਿਆ। ਅਤੇ ਸਾਹਿਬ ਕਹਿੰਦੇ ਇਸੇ ਕਾਰਨ ਕਰਕੇ ਇਹ ਡੁੱਬਦਾ ਜਾ ਰਿਹਾ। ਤਦੇ ਮਾਲਕ ਨੇ ਆਖਣਾ ਕੀਤਾ, ਗੁਰੂ ਕੀ ਮਤ ਤੂੰ ਲੈ ਇਹ ਆਣੇ। ਗੁਰੂ ਸਾਹਿਬ ਜੀ ਵਾਰ ਵਾਰ ਇਹੀ ਮਤ ਦਿੰਦੇ ਆ, ਭੁੱਲ ਨਾ ਜਾਈ, ਵੇਖੀ ਕਿਤੇ ਭੁੱਲ ਜਾਵੇਂ, ਮਤਾ ਕਿਤੇ ਭੁੱਲ ਜਾਵੇਂ, ਚਰਨਾਂ ਵਿੱਚ ਅਰਜਾ ਕਰਦਾ ਰਹੀ, ਮਾਲਕ ਦੇ ਬਾਣੀ ਪੜ੍ਹੇਗਾ ਅਤੇ ਇਹ ਵਚਨ ਕਿਤੇ ਮਨ ਵਿੱਚ ਆਉਣਗੇ,
ਤੇ ਅਸੀਂ ਮਨ ਕਰਕੇ ਕਿਤੇ ਕਹਿ ਜਾਵਾਂਗੇ ਗੁਰੂ ਪਿਆਰਿਓ ਭਲਾ ਹੋ ਜੂਗਾ ਜੋ ਸਾਹਿਬਾਂ ਨੇ ਰੋਜ਼ਾਨਾ ਪੜ੍ਹਨ ਲਈ ਸਾਨੂੰ ਉਪਦੇਸ਼ ਦਿੱਤਾ ਭਾਈ ਜਪ ਜੀ ਸਾਹਿਬ ਦੀ ਬਾਣੀ ਪੜ੍ਹਿਆ ਕਰ ਘੱਟੋ ਘੱਟ ਗੁਰੂ ਕਿਆ ਸਿੱਖਾ ਚਾਰ ਪੌੜੀਆਂ ਸੁਣਨ ਦੀਆਂ ਆਉਣਗੀਆਂ ਕਿਤੇ ਸੁਣਨ ਲੱਗ ਜਾਵੇ ਪਤਾ ਲੱਗ ਜਾਵੇ ਵੀ ਸੁਣੇ ਤੋਂ ਬਿਨਾਂ ਗੱਲ ਨਹੀਂ ਬਣਨੀ ਚਾਰ ਪੌੜੀਆਂ ਮੰਨਣ ਦੀਆਂ ਆਉਣਗੀਆਂ ਸੁਣਦਾ ਜਾਵੇ ਪਤਾ ਲੱਗ ਜਾਏਗਾ ਕਿਤੇ ਵੀ ਮੰਨੇ ਬਿਨਾਂ ਗੱਲ ਨਹੀਂ ਹੋਣੀ ਮੰਨਣਾ ਪਏਗਾ ਤੇ ਕਿਤੇ ਗੁਰੂ ਪਿਆਰਿਓ ਵੀ ਉੱਥੇ ਹੀ ਸਾਹਿਬ ਵਚਨ ਕਰਨਗੇ ਭਾਈ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਮਤ ਸਾਫ ਹੋਵੇਗੀ ਮਤ ਨੂੰ ਸਮਝ ਆਵੇਗੀ ਮਤ ਤੇਰੀ ਉਜਲ ਹੋਵੇਗੀ ਉੱਥੇ ਹੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਪਿਆਰਿਓ ਸਾਹਿਬਾ ਸਾਨੂੰ ਆਖਣਗੇ ਵੀ ਇਹ ਭਾਈ ਉਸ ਪਿਆਰੇ ਨਾਲ ਜੁੜਨਾ ਹੈ ਭੁੱਲਣਾ ਨਹੀਂ ਵੀ ਮੇਰਿਆ ਮਾਲਕਾ ਅਰਜ ਕਰੇਗਾ ਜੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੀ ਕਿਰਪਾ ਕਰੀ ਜਿਹੜਾ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਵਾਹਿਗੁਰੂ ਹੈ ਮੇਰੇ ਸਾਹਿਬਾ ਅਸੀਂ ਉਹਨੂੰ ਭੁੱਲੀਏ ਨਾ ਗੁਰਾ ਇੱਕ ਦੇ ਵਜਾਈ ਆਏਗਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਰੋਜ਼ਾਨਾ ਪੜਾਂਗੇ ਕਦੇ ਨਾ ਕਦੇ ਮਨ ਨੂੰ ਸਮਝ ਆਜੂ ਵੀ ਗੁਰੂ ਤੋਂ ਆਹ ਮੰਗ ਮੰਗਣੀ ਆ ਵੀ ਜਿਹੜਾ ਇੱਕ ਹੈ ਜਿਹਦਾ ਪਛਾਣਾ ਉਹ ਭੁੱਲੀਏ ਨਾ ਇਹ ਗੁਰੂ ਸਾਹਿਬ ਫਿਰ ਮਤ ਦਿੰਦੇ ਹੈ ਇਸੇ ਕਰਕੇ ਕਹਿੰਦੇ ਵੀ ਗੁਰੂ ਗੁਰ ਕੀ ਮਤ ਤੋਂ ਲੈ ਇਹ ਆਣੇ ਭਗਤ ਬਿਨਾ ਬਹੁਤ ਡੂਬੇ ਸਿਆਣੇ ਜਿਹਦੇ ਕੋਲ ਭਗਤੀ ਨਹੀਂ ਹੈ ਭਗਤੀ ਤੋਂ ਬਿਨਾਂ ਬੜੇ ਵੱਡੇ ਵੱਡੇ ਸਿਆਣੇ ਡੁੱਬ ਗਏ ਸਿਆਣੇ ਅਖਵਾਉਣ ਵਾਲੇ ਪਰ ਅਸੀਂ ਕਹਿੰਦੇ ਵੀ ਭਗਤੀਆਂ ਕਰਕੇ ਸਿਆਣੇ ਬਣੇ ਆ ਜੀ ਭਗਤੀ ਨੂੰ ਜੇ ਭੁੱਲ ਗਿਆ ਭਗਤੀ ਦਾ ਭਾਵ ਅਰਥ ਜੇ ਭੁੱਲ ਗਿਆ ਅਸਲ ਭਗਤ ਕੌਣ ਹੈ ਸਤਿਪੁਰਸ਼ ਕਾ ਕਰਦੇ ਬੜੀ ਵਾਰ ਵਿਚਾਰ ਕੀਤੀ ਆਪਾਂ ਵੀ ਭਾਈ ਭੱਬਾ ਕਹਿੰਦਾ ਭਾਉ ਰੱਖੀ ਅੰਦਰ ਸੱਚੇ ਮਾਲਕ ਦਾ ਡਰ ਰੱਖੀ ਭੱਬਾ ਕਹਿੰਦਾ ਭਾਉ ਰੱਖੀ ਅਤੇ ਨਾਲ ਭਾਉ ਵੀ ਭਾਵ ਪ੍ਰੇਮ ਵੀ ਹੋਵੇ ਸੱਚਾ ਡਰ ਹੋਵੇ ਸੱਚੇ ਵਾਹਿਗੁਰੂ ਦਾ ਅਤੇ ਅੰਦਰ ਪ੍ਰੇਮ ਵੀ ਹੋਵੇ ਭੱਬਾ ਇਹ ਗਿਆਨ ਦਿੰਦਾ ਅਤੇ ਗੱਗਾ ਕਹਿੰਦਾ ਭਾਈ ਗਿਆਨ ਲਈ ਮਾਲਕ ਦੇ ਕੋਲੋਂ ਗਿਆਤਾ ਬਣੀ ਗਿਆਨ ਰੱਖੀ ਅਤੇ ਤੱਤਾ ਕਹਿੰਦਾ ਤਿਆਗ ਰੱਖੀ ਭਾਵ ਕੇ ਭਾਉ ਮਾਲਕ ਦਾ ਸੱਚਾ ਡਰ ਚਾਹੀਦਾ ਸੱਚ ਨਾਲ ਪ੍ਰੇਮ ਚਾਹੀਦਾ ਅਤੇ ਕੋਲੇ ਗਿਆਨ ਵੀ ਹੋਣਾ ਚਾਹੀਦਾ ਐਵੇਂ ਨਹੀਂ ਵੀ ਥਾਂ ਥਾਂ 'ਤੇ ਜਣੇ ਖਣੇ ਨਾਲ ਪ੍ਰੇਮ ਬਣੀ ਜਾਵੇ ਕਿਉਂਕਿ ਮਾਲਕ ਨੇ ਆਖਣਾ ਕੀਤਾ ਵੀ ਜੇ ਉਦਾਂ ਹੀ ਤੁਰੇ ਜਾਂਦੀ ਹਰ ਇੱਕ ਨਾਲ ਪ੍ਰੇਮ ਬਣੀ ਜਾਂਦਾ ਅਤੇ ਸਾਨੂੰ ਮਾਲਕ ਨੇ ਵਚਨ ਵੀ ਕੀਤੇ ਆ ਬਟਾਊ ਸੋ ਜੋ ਲਾਭੈ ਨੇ ਤਾਂ ਕੋ ਹੱਥ ਨਾ ਆਵੇ ਕੇ ਬਟਾਊ ਕਿਹਨੂੰ ਕਹਿੰਦੇ ਹੈ ਜਿਹੜਾ ਰਾਹਗੀਰ ਹੁੰਦਾ ਜਿਹਨੂੰ ਆਪਾਂ ਕਹਿ ਲਈਏ ਬਈ ਗੁਰੂ ਪਿਆਰਿਓ ਰਾਹਗੀਰ ਮੁਸਾਫਰ ਕਹਿ ਲਈਏ ਆਪਾਂ ਵੀ ਜਿਹੜਾ ਮੁਸਾਫਰ ਹੁੰਦਾ ਮੁਸਾਫਰ ਕੌਣ ਹੈ ਵੀ ਜਿਹੜਾ ਇੱਕ ਥਾਂ ਤੋਂ ਦੂਜੇ ਥਾਂ ਨੂੰ ਕਿਤੇ ਜਾ ਰਿਹਾ ਜਾਂਦੇ ਜਾਂਦੇ ਗੁਰੂ ਪਿਆਰਿਓ ਇਕੱਠੇ ਹੋ ਗਏ ਆਪਾਂ ਮੰਨ ਲਓ ਵੀ ਇੱਕ ਬੰਦਾ ਜਾ ਰਿਹਾ ਦੂਸਰਾ ਹੋਰ ਮੁਸਾਫਰ ਜਾ ਰਿਹਾ ਗੱਲਾਂ ਬਾਤਾਂ ਚੱਲ ਪਈਆਂ ਚਲੋ ਉੱਦਾਂ ਹੀ ਪਿਆਰ ਬਣ ਗਿਆ ਪਿਆਰ ਬਣ ਗਿਆ ਜਦੋਂ ਉਹਦਾ ਰਸਤਾ ਗੁਰੂ ਪਿਆਰਿਓ ਤੈਅ ਹੋ ਗਿਆ ਆਪਣੀ ਮੰਜ਼ਿਲ 'ਤੇ ਉਹਨੇ ਪਹੁੰਚ ਕੇ ਉੱਤਰ ਜਾਣਾ ਅਤੇ ਫਿਰ ਅੱਗੇ ਇਕੱਲਾਪਣ ਜੇ ਅੰਦਰ ਪ੍ਰੇਮ ਪਾ ਲਿਆ ਅਤੇ ਮਨ ਵਿੱਚ ਪਛਤਾਵਾ ਹੁੰਦਾ ਫਿਰ ਵੀ ਉਹ ਇੰਨਾ ਪ੍ਰੇਮ ਬਣ ਗਿਆ ਸਾਡਾ ਗੱਲਾਂ ਗੱਲਾਂ 'ਚ ਹੀ ਅਤੇ ਹੁਣ ਮੁੜ ਕੇ ਮਿਲਾਪ ਨਹੀਂ ਉਹ ਤਾਂ ਮੁਸਾਫਰ ਸੀ ਅਤੇ ਉਹ ਹੀ ਸਾਹਿਬਾਂ ਨੇ ਆਖਣਾ ਕੀਤਾ ਹੈ ਵੀ ਆਹ ਸਾਰੀ ਦੁਨੀਆ ਮੁਸਾਫਰ ਖਾਨਾ ਜੇ ਸੱਚ ਵਾਹਿਗੁਰੂ ਨੂੰ ਨਹੀਂ ਜਾਣਿਆ ਕਹਿੰਦਾ ਵੀ ਇਹ ਮੁਸਾਫਰਾਂ ਨਾਲ ਹੀ ਉੱਦਾਂ ਹੀ ਸੰਸਾਰੀ ਪਿਆਰ ਪਈ ਜਾਂਦਾ ਸਾਡਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਬਿਸ਼ਾਰ ਦਿੱਤਾ ਹੈ ਤਾਂ ਸਾਹਿਬ ਕਹਿੰਦੇ ਨੇ ਬਈ ਭਾਈ ਬਿਨਾਂ ਗਿਆਨ ਤੋਂ ਡੁੱਬਦੇ ਵੇਖਿਆ ਬੜੇ ਵੱਡੇ ਵੱਡੇ ਸਿਆਣੇ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਪੜ੍ਹੇ ਆਪਾਂ ਅਤੇ ਸਾਹਿਬ ਕਹਿੰਦੇ ਆ ਗਿਆਨ ਹੋਣਾ ਚਾਹੀਦਾ ਭਾਉ ਕਰਨ ਲਈ ਵੀ ਪ੍ਰੇਮ ਲਈ ਗਿਆਨ ਅਤੇ ਤੱਤਾ ਕਹਿੰਦਾ ਤਿਆਗ ਚਾਹੀਦਾ ਬਈ ਜਿਹੜੀ ਵਸਤੂ ਦਾ ਪਤਾ ਵੀ ਇੱਥੇ ਪਿਆਰ ਪਾਇਆ ਇੱਥੇ ਮਨ ਲਾਇਆ ਕੁਝ ਨਹੀਂ ਬਣਨਾ ਘਾਟਾ ਪਏਗਾ ਫਿਰ ਤਿਆਗਣਾ ਵੀ ਜ਼ਰੂਰੀ ਹੈ ਤਿਆਗ ਨਹੀਂ ਤਾਂ ਫਿਰ ਜੇ ਇੱਦਾਂ ਹੀ ਇਹ ਗੱਲ ਨਾ ਹੀ ਉੱਦਾਂ ਭਗਤ ਸਦਾਵਦੇ ਆ ਤਾਂ ਜੋ ਪਹਿਲਾਂ ਵਚਨ ਪੜ੍ਹੇ ਨੇ ਵੀ ਸਿੱਖ ਸਾਖਾ ਬਹੁਤੇ ਕੀਏ ਬੜੇ ਥਾਵਾਂ 'ਤੇ ਪਿਆਰ ਲਾ ਲਿਆ ਬੜੇ ਚੇਲੇ ਚਾਟੜੇ ਬਣਾ ਲਏ ਬੜੀ ਦੂਰ ਤੱਕ ਵਾਧਾ ਵਧਾ ਲਿਆ ਹਰ ਸ਼ੌਂਕਿ ਉਹਨਾਂ ਮੀਤ ਹਰੀ ਮਿੱਤਰ ਨੂੰ ਵੇਖਿਆ ਹੀ ਕੋਈ ਨਾ ਸਮਝਿਆ ਹੀ ਕੋਈ ਨਾ ਅਤੇ ਸਾਹਿਬ ਕਹਿੰਦੇ ਫਿਰ ਆਹ ਗੱਲ ਹੀ ਹੋਵੇਗੀ ਚੱਲ ਇੱਥੇ ਹਰ ਮਿਲਣ ਕੋਲ
ਚੱਲਿਆ ਸੀ ਹਰੀ ਨੂੰ ਮਿਲਣ ਲਈ, ਕਿਉਂਕਿ ਆਹ ਦੇ ਮਿਲਣ ਲਈ ਹੋਈ ਹੈ। ਬੜੀ ਵਾਰ ਆਪਾਂ ਇਹ ਪੜ੍ਹਦੇ ਹਾਂ, ਜੋ ਸਾਹਿਬ ਆਖਣਾ ਕੀਤਾ ਹੈ, ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ ਮਿਲਣ ਲਈ। ਆ ਚੱਲਿਆ ਜਨਮ ਤੋਂ ਲੈ ਕੇ ਆ ਕਹਿਤਾ ਮਾਲਕ ਨੇ ਮਨੁੱਖਾ ਦੇ ਤੈਨੂੰ ਬੰਦਿਆ ਇਹ ਜੀਵ ਮਿਲ ਗਈ ਹੈ, ਇਹ ਮਾਲਕ ਨੂੰ ਮਿਲਣ ਲਈ ਹੈ, ਤੂੰ ਚੱਲ ਮਿਲਣ ਲਈ ਚੱਲਿਆ, ਇਹ ਮਿਲਣ ਲਈ ਅੱਜ ਤੇ। ਪਰ ਇਹਨੇ ਮਿਲਣ ਲਈ ਤੁਰਿਆ, ਜਨਮ ਹੋਇਆ, ਜਨਮ ਤੋਂ ਲੈ ਕੇ ਕੀ ਵਾਰਤਾ ਹੁੰਦੀ ਹੈ ਗੁਰੂ ਪਾਤਸ਼ਾਹ ਵਚਨ ਕਰਦੇ ਆਪਾਂ ਪੜ੍ਹਦੇ ਹਾਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਛੱਡ ਕੇ ਮਾਲਕ ਨੂੰ ਬਸ ਇੱਥੇ ਖੜ ਗਿਆ। ਦੂਜੀ ਅਵਸਥਾ, ਦੂਜੇ ਮਾਏ ਬਾਪ ਕੀ ਸੁੱਧ, ਦੂਜੀ ਅਵਸਥਾ ਥੋੜ੍ਹਾ ਹੋਰ ਵਧਿਆ, ਬਸ ਮਾਂ ਬਾਪ ਭਾਵ ਕੇ ਇੱਥੇ ਖੜ ਗਿਆ। ਤੀਜੇ ਭਾਇਆ ਭਾਬੀ ਬੇਬ, ਅਵਸਥਾ ਜਿਉਂ ਜਿਉਂ ਵੱਧਦੀ ਜਾਂਦੀ ਹੈ। ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੈ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ਼। ਇਉਂ ਚੱਲਦਾ ਜਾਂਦਾ। ਪਰ ਜੋ ਕੁਛ ਕਰਨਾ ਸੀ, ਜਿਹਨੂੰ ਮਿਲਣ ਲਈ ਚੱਲਿਆ ਉਹਨੂੰ ਭੁੱਲੀ ਗਿਆ, ਮਨ ਏਕ ਨਾ ਚੇਤ ਸਮੂੜ, ਮਨਾ ਮੂਰਖ ਮਨ ਭੁੱਲ ਗਿਆ। ਤੇ ਸਾਹਿਬ ਕਹਿੰਦੇ ਇੱਧਰ ਹੀ ਪਿਆਰ ਭਾਵ ਕੇ ਇੱਥੋਂ ਹੀ ਲਾ ਲਿਆ। ਤੇ ਸਾਹਿਬ ਕਹਿੰਦੇ ਆ ਵੀ ਚੱਲਿਆ ਸੀ, ਆ ਜੀਵਨ ਦਿੱਤਾ ਮਾਲਕ ਨੇ ਮਨੁੱਖਾਂ ਦੇ, ਮਿਲ ਗਈ ਬੰਦਿਆ, ਹੁਣ ਤੇਰੀ ਮਿਲਣ ਦੀ ਵਾਰੀ ਹੈ। ਮਿਲਣ ਹੋ ਸਕਦਾ ਵਾਹਿਗੁਰੂ ਨਾਲ, ਪਿਆਰੇ ਨਾਲ ਪਿਆਰ ਪੈ ਸਕਦਾ, ਉਹਨੂੰ ਤੂੰ ਪਾ ਸਕਦਾ, ਜਿੰਦ ਤੇਰੀ ਆਤਮਾ ਤੇਰੀ ਪਰਮਾਤਮਾ ਚ ਮਿਲ ਸਕਦੀ ਆ। ਚਾਲੇ ਥੇ ਹਰ ਮਿਲਣ ਕੋ, ਪਰ ਹੋਇਆ ਕਿ ਵਿੱਚੇ ਅਟਕਿਓ ਚੀਰ, ਤਾਂ ਇੱਥੇ ਹੀ ਅਟਕ ਗਿਆ, ਇੱਥੇ ਕੀ ਰਹਿ ਗਿਆ। ਇਸੇ ਕਰਕੇ ਸਾਹਿਬ ਕਹਿੰਦੇ ਆ ਵੀ ਜਿਹੜਾ ਅਸਲ ਭਗਤ ਨੂੰ ਸਮਝਦਾ ਕਿ ਨਾ ਭਗਤੀ ਕਰਦਾ ਹੈ, ਭਗਤੀ ਇਹ ਹੀ ਹੈ ਅਸਲ ਵਿੱਚ, ਭੱਬਾ ਭਾਉ ਪ੍ਰੇਮ ਚਾਹੀਦਾ, ਸੱਚ ਮਾਲਕ ਦਾ ਡਰ ਚਾਹੀਦਾ ਸੱਚਾ, ਤੇ ਗੱਗਾ ਕੋਲੇ ਗਿਆਨ ਚਾਹੀਦਾ। ਜੇ ਗਿਆਨ ਕੋਲੇ ਹੈ ਤਾਂ ਸਾਰੇ ਪਾਸੇ ਰੱਬ ਜੀ ਵੀ ਸਾਰੇ ਪਾਸੇ ਮੌਜੂਦ ਹੈ। ਜੇ ਗਿਆਨ ਹੈ, ਜੇ ਗਿਆਨ ਵਾਲਾ ਪਿਆਰ ਹੈ ਅੰਦਰ, ਤੇ ਗੁਰੂ ਪਿਆਰਿਓ ਜੇ ਗਿਆਨ ਹੈ ਨਹੀਂ, ਗਿਆਨ ਪ੍ਰਕਾਸ਼ ਨੂੰ ਵੀ ਕਿਹਾ ਜਾਂਦਾ, ਗਿਆਨ ਪ੍ਰਕਾਸ਼। ਜੇ ਪ੍ਰਕਾਸ਼ ਨਹੀਂ, ਹਨੇਰੇ ਵਿੱਚ ਤੁਰਿਆ ਫਿਰਦਾ ਬੰਦਾ ਹੈ। ਤੇ ਗੁਰੂ ਪਿਆਰਿਓ ਬਿਨਾਂ ਗਿਆਨ ਤੋਂ, ਭਾਵ ਕਿ ਜਿਹਨੂੰ ਅੰਨਾ ਕਹਿ ਦਈਏ ਆਪਾਂ ਵੀ ਅੰਧਾ ਹੈ, ਗਿਆਨ ਬਿਨਾਂ ਅੰਧਾ ਹੀ ਹੈ। ਤੇ ਸਾਹਿਬ ਕਹਿੰਦੇ ਪਰਜਾ ਅੰਧੀ ਗਿਆਨ ਬਿਨ, ਇਹ ਵਚਨ ਵੀ ਨੇ ਭਾਈ ਸਾਹਿਬ ਜੀ ਦੇ, ਭਾਵੇ ਆਓ ਕਥਾਓ ਜਾਈ, ਇਹ ਪਰਜਾ ਭਾਵ ਕੇ ਦੁਨੀਆਂ ਗਿਆਨ ਤੋਂ ਬਿਨਾਂ ਅੰਧੀ ਹੈ। ਬਾਬਾ ਜੀ ਕਹਿੰਦੇ ਆ, ਭਾਈ ਗੁਰਦਾਸ ਸਾਹਿਬ ਕਹਿੰਦੇ ਕੋਈ ਨਹੀਂ ਪੁੱਛਦਾ ਕਿੱਥੇ ਮਰਜ਼ੀ ਕੋਈ ਜਾਈ ਜਾਂਦਾ, ਕਿੱਥੇ ਮਰਜ਼ੀ ਕਿਤੋਂ ਕੋਈ ਆਈ ਜਾਂਦਾ, ਕੋਈ ਨਹੀਂ ਪੁੱਛਦਾ ਵੀ ਤੂੰ ਕਿੱਥੇ ਗਿਆ ਸੀ, ਕਿਉਂ ਗਿਆ ਸੀ, ਕੀ ਕਰਨ ਗਿਆ ਸੀ, ਕੋਈ ਨਹੀਂ ਪੁੱਛਦਾ। ਅੱਜ ਤਾਂ ਦੌਰ ਹੀ ਐਸਾ, ਪੁੱਛਣ ਵਾਲਾ ਵੀ ਸਮਾਂ ਨਹੀਂ ਰਿਹਾ। ਅਗਲਾ ਕਹਿੰਦਾ ਤੈ ਕੀ ਲੈਣਾ ਪੁੱਛ ਕੇ, ਮੇਰੀ ਮਰਜ਼ੀ, ਕਿਉਂਕਿ ਸੁਤੰਤਰ ਜੀਵਨ ਕਹਿ ਦਿੱਤਾ। ਉਹ ਯਾਦ ਆ ਕਹਿੰਦੇ ਅਸੀਂ ਕੀ ਕਰਨਾ, ਲੈ ਕੀ ਪੁੱਛ ਕੇ ਲੈਣਾ, ਪਰ ਦੱਸੇਗਾ ਕੌਣ। ਭਾਵ ਕਿ ਆਹ ਹਾਲਤ ਹੋਈ ਹੋਈ ਹੈ ਸਾਡੀ, ਸੁਰਹ ਵਿਚਾਰ। ਬਾਬਾ ਜੀ ਕਿਰਪਾ ਕਰਦੇ ਆ, ਸਾਨੂੰ ਸਮਝਾਉਂਦੇ ਹੈ ਵੀ ਜੇ ਭਾਈ ਗਿਆਨ ਨਹੀਂ, ਗਿਆਨ ਤੋਂ ਬਿਨਾਂ ਅੰਧਾ ਤੇ ਅੰਧ ਸ਼ਰਧਾ, ਅੰਧਾ ਪ੍ਰੇਮ ਹੈ ਜਿਹੜਾ ਨੁਕਸਾਨ ਕਰਦਾ, ਅੰਧਾ ਪ੍ਰੇਮ ਹੈ ਜਿਹੜਾ ਇਹ ਨੁਕਸਾਨ ਕਰਦਾ। ਇਸੇ ਕਰਕੇ ਸਾਹਿਬ ਨੇ ਨਾਲ ਤੱਤਾ ਕਿਹਾ, ਭਗਤ ਪੂਰਾ ਤੱਤਾ ਤਿਆਗ, ਵੀ ਜੇ ਗਿਆਨ ਕੋਲੇ ਹੋਵੇਗਾ, ਜਿੱਥੋਂ ਪਤਾ ਵੀ ਘਾਟਾ ਪਵੇਗਾ, ਲਾਭ ਨਹੀਂ ਹੋਵੇਗਾ, ਜਿੱਥੇ ਪਤਾ ਹੈ ਵੀ ਇੱਥੋਂ ਕੁਛ ਨਹੀਂ ਬਣੇਗਾ, ਭਾਵੇਂ ਦੋਨੇ ਅਰਥ ਨੇ, ਭੱਬਾ ਭਾਉ ਪ੍ਰੇਮ ਵੀ ਹੈ, ਭਾਉ ਵੀ ਹੈ, ਵੀ ਸੱਚਾ ਪ੍ਰੇਮ ਤੇ ਸੱਚਾ ਡਰ। ਸੱਚ ਕੇਵਲ ਮਾਲਕ ਦਾ ਡਰ ਚਾਹੀਦਾ ਅੰਦਰ, ਵਾਹਿਗੁਰੂ ਦਾ ਡਰ ਚਾਹੀਦਾ। ਐਵੇਂ ਨਹੀਂ ਹਰ ਇੱਕ ਥਾਂ ਤੋਂ ਖੌਫ ਖਾਣਾ, ਐਵੇਂ ਨਹੀਂ ਹਰ ਇੱਕ ਥਾਂ ਤੋਂ ਡਰਦੇ ਜਾਣਾ। ਅੱਜ ਤਾਂ ਡਰ ਹੀ ਬੜੇ ਬੈਠੇ ਹੋਏ ਨੇ, ਵਹਿਮਾਂ ਭਰਮਾਂ ਕਰਮਾਂ ਕਾਂਡਾਂ ਵਿੱਚ ਪਏ ਹੋਏ ਆ, ਆਹ ਨਾ ਕੀਤਾ ਜੀ ਐਂ ਹੋ ਜਾਂਦਾ, ਆਹ ਕਰਤਾ ਐਂ ਹੋ ਜਾਏਗਾ, ਆਹ ਭਾਵ ਕੇ ਏਦਾਂ ਦੇ ਵਹਿਮ ਭਰਮਾਂ ਦੇ ਵਿੱਚ ਸਾਡਾ ਜੀਵਨ ਅੱਜ ਗੁਲਤਾਨਾ ਹੋਇਆ ਹੋਇਆ, ਫਸਿਆ ਹੋਇਆ, ਐਸੇ ਚਿੱਕੜਾਂ ਵਿੱਚ ਪਿਆ ਹੋਇਆ। ਤੇ ਮਾਲਕ ਰਹਿਮਤ ਕਰਦਾ ਸਾਨੂੰ ਸਮਝਾਉਂਦੇ ਆ ਬਈ ਭਾਈ ਤੱਤਾ ਤਿਆਗ, ਜੇ ਗਿਆਨ ਕੋਲ ਹੋਵੇਗਾ ਕਿ ਨਾ, ਜਿਹੜੀ ਵਸਤੂ ਤੇਰੇ ਕੰਮ ਦੀ ਨਹੀਂ ਸਮਝ ਆ ਜੇ ਦੁਨਿਆਵੀ ਤੌਰ 'ਤੇ, ਵੀ ਆਪਾਂ ਕਹਿੰਦਾ ਕੋਈ ਚੀਜ਼ ਹੈ ਸਾਡੇ ਕੰਮ ਦੀ ਨਹੀਂ, ਆਪਾਂ ਛੱਡ ਦਿੰਦੇ ਹਾਂ, ਛੱਡ ਖਿਹੜਾ ਵੀ ਇਹਦਾ, ਇਹ ਕਿਹੜਾ ਆਪਣੇ ਕੰਮ ਆਉਣੀ ਹੈ। ਅਗਲਾ ਨਾ ਕਹਿੰਦਾ ਸੁੱਟ ਕੂੜਾ ਸਮਝਦੇ ਆ, ਅਤੇ ਕੂੜੇ ਦੇ ਵਿੱਚ ਹੀ ਸੁੱਟਿਆ ਜਾਂਦਾ ਜਿਹੜੀ ਚੀਜ਼ ਸਾਡੇ ਕੰਮ ਦੀ ਨਹੀਂ।
ਪਰ ਜਿਹੜਾ ਜ਼ਿੰਦਗੀ ਵਿੱਚ ਕੋਈ ਕੰਮ ਆਉਣ ਵਾਲੀਆਂ ਵਸਤਾਂ ਨਹੀਂ ਹਨ ਤੇ ਉਹਨਾਂ ਦੇ ਗੁਰੂ ਪਿਆਰਿਓ ਖਿਆਲ ਕਰੀਏ ਆਪਾਂ ਜਿਹੜੇ ਕਰਮ ਨੇ ਸਾਡੇ ਜੋ ਸਾਡਾ ਕੀਤਾ ਵਿਵਹਾਰ ਹੈ ਸਾਡਾ ਐਸਾ ਕਰਮ ਕਰੀਏ ਸੁਰਹੁ ਵਿਚਾਰ ਸਭ ਨੇ ਆਖਣਾ ਕੀਤਾ ਵੀ ਜਿਹੜੇ ਰੱਬ ਦੇ ਪਿਆਰੇ ਹੈ ਉਹ ਸੱਚ ਵਾਰਤਾ ਵਾਹਿਗੁਰੂ ਪਰਮੇਸ਼ਰ ਨੂੰ ਨਿਮਖ ਮਾਤਰ ਨਹੀਂ ਵਿਛਾਰਦੇ ਉਹ ਜਾਣਦੇ ਆ ਵੀ ਮਾਲਕ ਦੀ ਸਮਰੱਥਾ ਕੀ ਹੈ ਮਾਲਕ ਦੀ ਤਾਕਤ ਕੀ ਹੈ ਮਾਲਕ ਕਿੱਦਾਂ ਕਿੱਦਾਂ ਕਰਮ ਕਰਦਾ ਹੈ ਤੇ ਅੱਜ ਦੇ ਸ਼ਬਦ ਚ ਸਾਹਿਬਾ ਸਮਝਾਉਂਦੇ ਆ ਰਹਾਉ ਵਾਲਾ ਬੰਦਾ ਹੈ ਸਾਹਿਬ ਕਹਿੰਦੇ ਐਸਾ ਸਮਰੱਥ ਹਰ ਜੀਉ ਆਪ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਪਿਆਰਾ ਕਹਿੰਦਾ ਉਹ ਇਹੋ ਜਿਹਾ ਸਮਰੱਥ ਹੈ ਨਿਮਖ ਨਾ ਵਿਸਰੈ ਜੀ ਭਗਤਨ ਕਹਿ ਜਿਹੜੇ ਰੱਬ ਦੇ ਪਿਆਰੇ ਭਗਤ ਪਿਆਰਿਆ ਕਹਿੰਦਾ ਗੁਰੂ ਕੇ ਪਿਆਰੇ ਹੈ ਉਹ ਨਿਮਖ ਮਾਤਰ ਨਹੀਂ ਵਿਸਾਰਦੇ ਆਪਣੀ ਜਿੰਦ ਵਿੱਚੋਂ ਆਪਣੇ ਜੀ ਵਿੱਚੋਂ ਆਪਣੀ ਆਤਮਾ ਵਿੱਚੋਂ ਆਪਣੀ ਜਾਤ ਵਿੱਚੋਂ ਸਭ ਕਹਿੰਦੇ ਹੈ ਆਠ ਪਹਿਰ ਮਨ ਤਾਕੋ ਜਾਪ ਐ ਮਨ ਮੇਰਿਆ ਸੁਣਨ ਪੜ੍ਹਨ ਵਾਲਿਆ ਜੇ ਤੈਨੂੰ ਸਮਝ ਆਈ ਹੈ ਤਾਂ ਤੂੰ ਵੀ ਸਾਹਿਬ ਕਹਿੰਦੇ ਨੇ ਉਸ ਮਾਲਕ ਨਾਲ ਜੁੜਨਾ ਕਰ ਅੱਠੇ ਪੈਰੂ ਨੂੰ ਯਾਦ ਰੱਖਿਆ ਕਰ ਰੱਬ ਦੇ ਪਿਆਰੇ ਤਾਂ ਵਿਸਾਰਦੇ ਨਹੀਂ ਜੇ ਕਿਤੇ ਰੱਬ ਦੇ ਪਿਆਰਾਂ ਦੀ ਗਾਥਾ ਸਾਡੇ ਕੰਨੀ ਪੈ ਗਈ ਹੈ ਸੁਣ ਲਿਆ ਸੀ ਸਮਝ ਆ ਗਈ ਤਾਂ ਮਨ ਨੂੰ ਸਮਝਾ ਪੜ੍ਹਨ ਸੁਣਨ ਵਾਲਿਆ ਵੀ ਮਨ ਮੇਰਿਆ ਤੂੰ ਵੀ ਸਮਝ ਜਾ ਉਹ ਵਾਹਿਗੁਰੂ ਨਾਲ ਤੂੰ ਵੀ ਜੁੜ ਜਾ ਤੂੰ ਵੀ ਉਹਨੂੰ ਵਿਸਾਰ ਨਾ ਜਿਹੜਾ ਉਹਨੂੰ ਵਿਸਾਰ ਦਿੰਦਾ ਕਿ ਨਾ ਮਾਲਕ ਨੂੰ ਹਰ ਬਿਸਰਤ ਸਦਾ ਖੁਆਰੀ ਸਦਾ ਉਹ ਖੁਆਰ ਹੁੰਦਾ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ ਖੁਆਰ ਹੋਇਆ ਆਪਾਂ ਕਿਹਨੂੰ ਕਹਿੰਦੇ ਹਾਂ ਆਲਾ ਕਹਿੰਦਾ ਜੀ ਇਹ ਤਾਂ ਖੁਆਰ ਖੱਜਲ ਖੁਆਰ ਹੋ ਗਿਆ ਕਈ ਵਾਰ ਆਪਣੇ ਨਾਲ ਵੀ ਵਾਪਰਦੀਆਂ ਨੇ ਘਟਨਾਵਾਂ ਸੰਸਾਰ ਵਿੱਚ ਰਹਿੰਦੇ ਹੈ ਕਿਤੇ ਨੂੰ ਜਾਈਦਾ ਜਾਂ ਕਿਸੇ ਨੂੰ ਮਿਲਣੇ ਜਾਈਦਾ ਗੱਲ ਨਾ ਬਣੇ ਨਾ ਮਿਲਾਪ ਹੋਵੇ ਨਾ ਉੱਥੇ ਪਹੁੰਚਿਆ ਜਾਵੇ ਜਾਂ ਪਹੁੰਚ ਵੀ ਜਾਈ ਜਿਹਨੂੰ ਮਿਲਣਾ ਨਾ ਮਿਲੇ ਵਾਪਸ ਆਉਂਦੇ ਹਾਂ ਅਤੇ ਅਗਲਾ ਕੋਈ ਪੁੱਛਦਾ ਕਿਉਂ ਭਾਈ ਬਣਿਆ ਕੰਮ ਜਾਇਆ ਆ ਆਪਾਂ ਕਹਿੰਦੇ ਅੱਜ ਤੱਕ ਖੱਜਲ ਖਵਾਰ ਹੀ ਹੋਇਆ ਜੀ ਗੱਲ ਕੋਈ ਨਹੀਂ ਬਣੀ ਇੰਨੀ ਦੂਰ ਗਏ ਵੀ ਇੰਨਾ ਕੁਛ ਕੀਤਾ ਵੀ ਖਰਚਾ ਵੀ ਕਰਕੇ ਗਏ ਸਮਾਂ ਵੀ ਬਰਬਾਦ ਕੀਤਾ ਖੱਜਲ ਖਵਾਰ ਹੋਏ ਹਾਂ ਬਈ ਗੱਲ ਕੁਛ ਨਹੀਂ ਬਣੀ ਇਉਂ ਹੀ ਸੰਸਾਰ ਵਿੱਚ ਆਇਆ ਜੋ ਮਾਲਕ ਨੇ ਕਿਹਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਅੱਜ ਮਿਲਣ ਲਈ ਆਇਆ ਆ ਸਰੀਰ ਵਿੱਚ ਮਿਲਣ ਲਈ ਆਇਆ ਮਿਲਿਆ ਨਹੀਂ ਭਾਵੇਂ ਕਿਸੇ ਨੇ 100 ਸਾਲ ਦੀ ਜ਼ਿੰਦਗੀ ਗੁਜ਼ਾਰ ਲਈ ਹੈ ਭਾਵੇਂ ਕਿੰਨੇ ਮਰਜ਼ੀ ਜੀਵਨ ਗੁਜ਼ਾਰ ਲਿਆ ਅਸੀਂ ਸਾਲ ਗਿਣਦੇ ਹਾਂ ਵੀ ਇੰਨੇ ਸਾਲ ਹੋ ਗਏ ਜੀ ਮੇਰੀ ਜ਼ਿੰਦਗੀ ਦੇ ਪਰ ਵਾਹਿਗੁਰੂ ਪੁੱਛਦਾ ਹੈ ਵੀ ਮਿਲਣ ਲਈ ਭਾਈ ਪਿਆਰਿਆ ਆ ਸਰੀਰ ਮਿਲਿਆ ਮਿਲਾਪ ਹੋ ਗਿਆ ਅਤੇ ਫਿਰ ਕੀ ਹੈ ਸਾਡਾ ਵੀ ਖੱਜਲ ਖੁਆਰ ਹੀ ਹੋਇਆ ਖੱਜਲ ਖੁਆਰ ਹੋਇਆ ਵੀ ਮਿਲਾਪ ਨਹੀਂ ਹੋਇਆ ਅਸੀਂ ਚੜ੍ਹੇ ਵੀ ਸੀ ਮੰਜ਼ਿਲ 'ਤੇ ਇਹਨੂੰ ਪਰ ਪੂਰਾ ਪਹੁੰਚ ਨਹੀਂ ਸਕੇ ਰਸਤੇ ਵਿੱਚ ਹੀ ਰਹਿ ਗਏ ਹਾਂ ਵਿੱਚੇ ਅਟਕੇ ਉਹ ਚੀਤ ਵਿੱਚ ਹੀ ਰਹਿ ਗਏ ਹਾਂ ਇਹ ਵੀ ਆਖਣਾ ਕੀਤਾ ਸਾਨੂੰ ਸਮਝਾਉਣ ਲਈ ਬਾਬਾ ਜੀ ਨੇ ਸਾਹਿਬ ਕਹਿੰਦੇ 84 ਲੱਖ ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ ਆਏ ਜਾਏ ਆਉਣਾ ਜਾਣਾ ਜਿਹੜਾ ਇਸ ਪੌੜੀ ਤੋਂ ਚੁੱਕ ਗਿਆ ਕਹਿੰਦਾ ਵੀ ਆਹ ਜੀਵਨ ਤੋਂ ਮਿਲਣ ਕੀ ਵਰੀਆ ਤੋਂ ਖੁੰਝ ਗਿਆ ਤੇ ਸਾਹਿਬਾ ਕਹਿੰਦੇ ਆਏ ਜਾਏ ਦੁੱਖ ਪਾਏਂਦਾ ਆਉਣ ਜਾਣ 2-4 ਗੇੜੇ ਕਿਤੇ ਲੱਗ ਜਾਣ ਸਾਡੇ ਭਾਈ ਕੰਮ ਨਾ ਬਣੇ ਜੋ ਪਹਿਲਾਂ ਆਪਾਂ ਗੱਲ ਕੀਤੀ ਆ ਕਿਸੇ ਨੂੰ ਮਿਲਣ ਲਈ ਜਾਂਦੇ ਆਉਂਦੇ ਹਾਂ 5-4 ਗੇੜੇ ਲੱਗ ਜਾਣ ਆਪਾਂ ਕਹਿੰਦੇ ਛੱਡੋ ਖਹਿੜਾ ਜੀ ਖਹਿੜਾ ਛੱਡੋ ਬਈ ਗੱਲ ਨਹੀਂ ਬਣੀ ਇੰਨੇ ਗੇੜੇ ਕੱਟੇ ਖੱਜਲ ਖੁਆਰ ਹੀ ਹੋਈ ਜਾਂਦੇ ਹਾਂ ਅਤੇ ਇੱਥੇ ਤਾਂ ਆਪਾਂ ਵਸ ਕਰ ਜਾਂਦੇ ਹਾਂ ਸੰਸਾਰ 'ਚ ਵੀ ਰਹਿਣ ਦਿਓ ਪਰ ਵਾਹਿਗੁਰੂ ਕੀ ਕਹਿੰਦੇ ਆ ਸਾਹਿਬਾ ਸੱਚੀ ਬਾਣੀ ਵਿੱਚ ਕਹਿੰਦੇ ਆ ਵੀ ਉੱਥੇ ਤਾਂ ਖਹਿੜਾ ਵੀ ਨਹੀਂ ਸੁੱਟਣਾ ਆਵਣ ਜਾਵਣ ਦਾ ਦੁੱਖ ਝੱਲਣਾ ਹੀ ਪਏਗਾ ਆਵਣ ਜਾਵਣ ਫੇਰ ਹੋਏਗਾ ਹੀ ਕਿਉਂਕਿ ਜੇ ਬਾਣੀ ਨੂੰ ਮੰਨਦਿਆਂ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬਿਰਕ ਜੋਇਓ ਕਹਿ ਦਿੱਤਾ ਬਈ ਕਈ ਕਈ ਜਨਮ ਜਨਮਾਂਤਰ ਆਵਣ ਗਾਵਣ ਕਰਦਾ ਆਇਆ ਬੰਦਿਆ ਪਰ ਸਾਹਿਬ ਕਹਿੰਦੇ ਆ ਮਿਲ ਜਗਦੀਸ਼ ਮਿਲਣ ਕੀ ਵਰੀਆ ਹੁਣ ਮਿਲਣ ਦੀ ਵਾਰੀ ਹੈ ਅੱਜ ਚੱਲ ਕੇ ਵੇਖ ਤੈਨੂੰ ਮਿਲ ਜਾਏਗਾ ਅੱਜ ਇਸ ਰਸਤੇ ਤੇ ਆ ਤੇ ਸਾਹਿਬ ਕਹਿੰਦੇ ਮਿਲ ਜਾਏਗਾ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲ ਇਹ ਦੇਹ ਸੰਜਰੀਆ ਬੜੇ ਚਿਰਾਂ ਬਾਅਦ ਇਹ ਕਿਰਪਾ ਹੋਈ ਹੈ ਅੱਜ ਮਿਲ ਸਕਦਾ ਸਾਹਿਬ ਕਹਿੰਦੇ ਨੇ ਬੇਕੀ ਕਿਤੇ ਅਬ ਨਾ ਭਜਸ ਭਜਸ ਕਬ ਭਾਈ ਆ ਵੀ ਅੰਤ ਨਾ ਭਜਿਆ ਜਾਈ ਜੇ ਹੁਣ ਨਹੀਂ ਕਹਿੰਦਾ
ਤੇ ਫੇਰ ਨੀ ਕੁਸ਼ਵਾਹਨਾ ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਸਾਨੂੰ ਸਮਝਾਇਆ ਵੀ ਇਹ ਪਿਆਰਿਆ ਮਾਲਕ ਐਸੀ ਸਮਰੱਥਾ ਵਾਲਾ ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ। ਜੀਵਨ ਵਿੱਚ ਤਾਂ ਆਪਾਂ ਕਹਿੰਦੇ ਹਾਂ ਕਹਿੰਦਾ ਵੀ ਨਾ ਜੀ ਛੱਡੋ, ਅਸੀਂ ਬਹੁਤ ਕੁਝ ਕਰਕੇ ਵੇਖ ਲਿਆ, ਖੱਜਲ ਖਵਾਰ ਹੁੰਦੇ ਹਾਂ, ਗੱਲ ਨਹੀਂ ਬਣਦੀ। ਪਰ ਉਹ ਮਾਲਕ ਫਿਰ ਟਿਕਣ ਨਹੀਂ ਦਿੰਦਾ ਇਸ ਜਿੰਦ ਨੂੰ, ਚੱਲ ਬਈ ਆਹ ਜਨਮ ਤੇਰਾ, ਆਹ ਜਨਮ ਤੇਰਾ। ਤੇ ਮਾਲਕ ਨੇ ਤਾਂ ਇੱਥੋਂ ਤੱਕ ਕਹਿਤਾ, ਗੁਰਮੰਤਰ ਹੀਣ ਜੋ ਪ੍ਰਾਣੀ ਤ੍ਰਿਘੰਤ ਜਨਮ ਭ੍ਰਸ਼ਟਨ ਹੈ। ਕਹਿੰਦੇ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ, ਹੀਣੇ ਦਾ ਭਾਵ ਹੁੰਦਾ ਖਾਲੀ, ਜਿਹਨੇ ਆਪਣੇ ਵਾਹਿਗੁਰੂ ਮੰਤਰ ਨੂੰ ਜਪਣਾ ਨਹੀਂ ਕੀਤਾ, ਉਸ ਰਾਮ ਨਾਮ ਨੂੰ ਜਪਣਾ ਨਹੀਂ ਕੀਤਾ, ਭਾਵੇਂ ਅੱਲਾ ਵਾਹਿਗੁਰੂ ਖੁਦਾ ਨੂੰ ਕਹਿ ਲਈਏ, ਜੋ ਵੀ ਸਾਡੀ ਬੋਲੀ ਹੈ ਧਰਮ ਮੁਤਾਲਕ, ਬਈ ਜਪਣਾ ਨਹੀਂ ਕੀਤਾ ਆਪਣੇ ਗੁਰੂ ਦੇ ਮੰਤਰ ਨੂੰ, ਜਿਹੜਾ ਖਾਲੀ ਰਹਿ ਗਿਆ। ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕਹਿੰਦੇ ਤ੍ਰਿਕਾਰ ਐਸੇ ਜਨਮ ਨੂੰ ਭ੍ਰਿਸ਼ਟਿਆ ਹੋਇਆ ਬੰਦਾ ਹੈ, ਭ੍ਰਿਸ਼ਟਿਆ ਹੋਇਆ। ਆਪਾਂ ਕਹਿੰਦੇ ਭ੍ਰਿਸ਼ਟਾਚਾਰ ਹੈ, ਭ੍ਰਿਸ਼ਟਾਚਾਰ ਦਾ ਤਾਂ ਨੋਈ ਮਾੜਾ ਆਪਾਂ ਸੁਣਦੇ ਹਾਂ, ਵਿਭਚਾਰੀ ਭ੍ਰਿਸ਼ਟਾਚਾਰੀ ਆਦਿ। ਤੇ ਮਾਲਕ ਕੀ ਕਹਿੰਦੇ ਆ ਵੀ ਉਹ ਭ੍ਰਿਸ਼ਟ, ਉਹਦਾ ਜਨਮ ਭ੍ਰਿਸ਼ਟਿਆ ਹੋਇਆ। ਤੇ ਸਾਹਿਬ ਕੀ ਕਹਿੰਦੇ ਆ, ਉਹਦੇ ਜਨਮ ਕੈਸਾ, ਫਿਰ ਅੱਗਾ ਕੀ ਦਿਖਾਉਂਦੇ ਆ ਸਾਹਿਬ ਜੀ, ਕੁੱਕਰ ਹੈ। ਕਹਿੰਦੇ ਉਹ ਕੁੱਕਰ ਦੀ ਨਿਆਈ, ਸੋਕਰ ਹੈ ਉਹ ਸੂਰ ਦੀ ਨਿਆਈ, ਗਰਤਵ ਹੈ ਗਧੇ ਦੀ ਨਿਆਈ, ਕੱਕ ਹੈ ਕਾਕੇ ਦਾ ਭਾਵ ਕਾਂ। ਤੇ ਸਾਹਿਬ ਕਹਿੰਦੇ ਤੁਲ ਖਲੈ, ਤੁਲਣਾ ਦਿੱਤੀ ਹੈ ਇਹੋ ਜਿਹੇ ਜਨਮਾਂ ਦੇ ਮੁਤਾਲਕ। ਭਾਵੇਂ ਅਸੀਂ ਬੰਦੇ ਅਖਵਾਉਂਦੇ ਹਾਂ, ਮਾਫ਼ ਕਰਨਾ, ਅਸੀਂ ਕਹਿੰਦੇ ਅਸੀਂ ਬੰਦੇ ਹਾਂ, ਅਸੀਂ ਇਨਸਾਨ ਹਾਂ। ਇਨਸਾਨ ਤਾਂ ਕੋਈ ਬਿਰਲਾ ਕਹਿੰਦਾ ਨਹੀਂ, ਅਸੀਂ ਆਪਣੇ ਦੂਜੇ ਲੋਟ ਚਮਕਾਈ ਦਾ, ਮੈਂ ਫਲਾਣਾ ਸਿਉਂ ਹੁੰਦਾ, ਮੈਂ ਫਲਾਣਾ ਸਿਉਂ ਹੁੰਦਾ। ਸਾਹਿਬ ਕਹਿੰਦੇ ਆ ਬੇਸ਼ੱਕ ਹੁੰਦਾ ਹੋਵੇਗਾ, ਜੇ ਤੇਰੇ ਗੁਰੇ ਗੁਰੂ ਕਾ ਮੰਤਰ ਨਹੀਂ ਹੈ ਤਾਂ ਬਾਬਾ ਜੀ ਕਹਿੰਦੇ ਇਦੋਂ ਵੱਧ ਕੇ ਤੂੰ ਕੁਛ ਨਹੀਂ ਹੈ। ਕੁੱਕਰ ਕਹਿਤਾ ਕੁੱਤਾ, ਹੁਣ ਕਿਵੇਂ ਕਹਿ ਰਹੀ ਹੈ? ਮਾਲਕ ਤਾਂ ਸਿੱਧੇ ਹੀ ਕਹਿੰਦੇ ਹੈ ਵੀ ਬੰਦਾ ਨਹੀਂ ਤੂੰ ਜਾਪਦਾ, ਤੂੰ ਤਾਂ ਆ ਸੂਰ ਸੂਰ ਹੈ ਤੂੰ ਤਾਂ। ਸਾਹਿਬ ਕਹਿੰਦੇ ਤੂੰ ਗਧਾ, ਤੂੰ ਕਾ ਹੈ, ਤੂੰ ਖੋਤਾ, ਤੈਨੂੰ ਆਹ ਤੁਲਣਾ ਦਿੱਤੀ ਮਾਲਕ ਨੇ ਕਿਹਨੂੰ? ਗੁਰਮੰਤਰ ਹੀਣ ਜੋ ਪ੍ਰਾਣੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ। ਹੁਣ ਕਿਤੇ ਸੁਣ ਕੇ ਵੇਖੀਏ, ਇਹ ਦਰਸ਼ਨ ਗੁਰੂ ਸਾਹਿਬਾਂ ਦੇ ਕਰਕੇ ਵੇਖੀਏ, ਬੜੇ ਔਖਿਆ ਕਰਨੇ ਜੇ ਇਉਂ ਅਸਲ ਵਿੱਚ, ਕਿਉਂਕਿ ਮਾਲਕ ਨੇ ਕਹਿ ਦਿੱਤਾ ਕਹਿੰਦਾ ਵੀ ਸੱਚ ਦਰਸ਼ਨ ਕਰ। ਪੜ੍ਹਦੇ ਵੀ ਬੜੇ ਪਿਆਰ ਵਿੱਚ ਆ, ਧੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਆਪਾਂ ਕਹਿੰਦੇ ਹਾਂ ਜਨਮ ਜਨਮ ਦੀ ਮੈਲ ਕੱਟੀ ਤਾਂ ਜਾਂਦੀ ਹੈ, ਪਰ ਦੇਖਣਾ ਬਹੁਤ ਔਖਾ ਮਾਲਕ ਨੂੰ ਔਖਣਾ। ਆਹ ਸਾਡੇ ਵਾਲਾ ਨਹੀਂ ਵੀ ਅਸੀਂ ਆਹ ਵੇਖਦੇ ਹਾਂ, ਅਸੀਂ ਕਹਿੰਦੇ ਜੀ ਨਮਸਕਾਰ ਰੋਜ਼ਾਨਾ ਕਰੀਦੀ ਆ, ਰੋਜ਼ਾਨਾ ਗੁਰੂ ਕੇ ਦਰਸ਼ਨ ਕਰਦੇ ਹਾਂ। ਪਰ ਜਦੋਂ ਮੁਕਤ ਅਸਲ ਦਰਸ਼ਨ ਕਰਨੇ ਆ, ਕਹਿੰਦਾ ਜਿਹਦੇ ਨਾਲ ਮੁਕਤੀ ਹੋਣੀ ਹੈ, ਤੇ ਉਹ ਦਰਸ਼ਨ ਆਹ ਨੇ ਜੋ ਆਪਾਂ ਕਰ ਰਹੇ ਹਾਂ। ਗੁਰੂ ਕਿਰਪਾ ਸਦਕਾ ਵਿਚਾਰਧਾਰਾ ਦੇ ਦਰਸ਼ਨ, ਗੁਰੂ ਕੀ ਵਿਚਾਰ ਕੀ ਕਹਿੰਦੀ ਹੈ? ਗੁਰੂ ਕੀ ਵਿਚਾਰ ਇਹ ਕਹਿੰਦੀ ਹੈ, ਜੇ ਸੱਚ ਪੱਲੇ ਨਹੀਂ ਹੈ, ਮਾਲਕ ਦੇ ਮੰਤਰ ਤੋਂ ਖਾਲੀ ਆ, ਹੀਣੇ ਆ, ਤਾਂ ਸਾਹਿਬ ਕਹਿੰਦੇ ਬੰਦਾ ਬਣਿਆ ਮੇਰੇ ਕੋਲ ਨੂੰ ਆਉਣਾ, ਤੂੰ ਬੰਦਾ ਨਹੀਂ ਹੈ। ਸਾਹਿਬ ਕਹਿੰਦੇ ਆ ਬਾਣੀ ਵਿੱਚ ਸਾਨੂੰ ਦੱਸਦੇ ਵੀ ਆਹ ਆਹ ਕੁਝ ਹੈ। ਤੇ ਕੋਈ ਵਚਨ ਵਿੱਚ ਖੁਲਾਸਾ ਵੀ ਕਰਦਾ ਸਾਹਿਬ ਜੀ, ਕਰਤੂਤ ਪਸ਼ੂ ਕੇ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਸਾਹਿਬਾ ਕਹਿੰਦੇ ਹੈ ਵੀ ਵੇਖੋ ਭਾਈ, ਕੰਮ ਤਾਂ ਇਹਦੇ ਬੰਦਿਆਂ ਵਾਲੇ ਨਹੀਂ ਹਨ, ਹੈ ਪਰ ਬੰਦਾ, ਮਾਨਸ ਜਾਤ ਹੈ ਮਨੁੱਖ ਜਾਤ, ਪਰ ਵੇਖਣ ਨੂੰ ਸਾਹਿਬ ਕਹਿੰਦੇ ਕਦੇ ਵੇਖੀਏ ਖਿਆਲ ਕਰਕੇ ਵੀ ਜਿਹੜੇ ਕੰਮ ਕਰਦੇ ਹਾਂ ਅਸੀਂ, ਵੀ ਉਹ ਇਨਸਾਨ ਵਾਲੇ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਵੀ ਨਹੀਂ, ਜਾਪਦਾ ਨਹੀਂ ਹੈ, ਮਾਨਸ ਜਾਤ ਹੈ, ਪਰ ਉਹ ਵੇਖਣ ਨੂੰ ਕਰਤੂਤ ਹੈ ਜਿਹੜੀ, ਇਹ ਕੰਮ ਨੇ ਜਿਹੜੇ ਇਹ ਬੰਦੇ ਵਾਲੇ ਨਹੀਂ ਲੱਗਦੇ, ਵੀ ਦਿਨ ਰਾਤ ਆਹ ਕੁਝ ਹੋ ਰਿਹਾ ਹੈ। ਤੇ ਰਹੋ ਵਿਚਾਰ, ਸਾਹਿਬਾ ਕਿਰਪਾ ਕਰ ਸਾਨੂੰ ਸਮਝਾਉਂਦੇ ਆ ਵੀ ਇਹ ਮਨ ਮੇਰਿਆ, ਜੇ ਤੈਨੂੰ ਸਮਝ ਆ ਗਈ ਹੈ, ਐਸਾ ਸਮਰੱਥ ਹਰ ਜੀ ਉਹ ਆਪ ਇਹੋ ਜਿਹਾ ਵਾਹਿਗੁਰੂ ਹੈ, ਇਹੋ ਜਿਹੀ ਸਮਰੱਥਾ ਦਾ ਮਾਲਕ ਹੈ। ਗੁਰਦੇਵ ਵੀ ਸਾਡੇ ਇਹੋ ਜਿਹੀ ਸਮਰੱਥਾ ਦੇ ਮਾਲਕ ਨੇ, ਸਿੱਧਾ ਹੀ ਅੱਜ ਵੀ ਕਹਿੰਦੇ ਆ ਬਾਣੀ ਦੁਆਰਾ। ਤੇ ਜਦੋਂ ਪ੍ਰੈਕਟੀਕਲ ਸਰੀਰ ਰੂਪ ਵਿੱਚ ਵਰਤੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕੋਈ ਨਹੀਂ ਦੇਖਿਆ ਵੀ ਇਹ ਰਾਜਾ, ਕੋਈ ਨਹੀਂ ਦੇਖਿਆ ਵੀ ਬੜਾ ਵੱਡਾ ਇਹ ਯੋਧਾ। ਜੋ ਗੱਲ ਕਹਿਣ ਵਾਲੀ ਸੀ ਸੱਚ ਸਾਹਮਣੇ ਕਹੀ ਹੈ, ਸਾਹਮਣੇ। ਇਹ ਵਚਨ ਐਵੇਂ ਨਹੀਂ ਭਾਵ ਕੇ ਜਿਹੜੇ ਵੀ ਵਚਨ ਕੀਤੇ ਆ ਉਹ ਕਿਸੇ ਦੇ ਪ੍ਰਥਾਏ ਕਹਿ ਕੇ ਸਾਰਿਆਂ ਨੂੰ ਸਮਝਾਇਆ ਵੀ ਲੱਗਦਾ ਨਹੀਂ ਤੂੰ ਬੰਦਾ, ਬੰਦਿਆਂ ਵਾਲੇ ਕੰਮ ਕਾਰ ਕੌਡੇ ਨੂੰ ਆਪਾਂ ਰਾਕਸ਼ ਕਹਿੰਦੇ ਹੈ ਤਾਂ ਬੰਦਾ ਸੀ,
ਪਰ ਰਾਕਸ਼ ਬੁੱਧੀ ਉਹਦੀ ਤੇ ਮਾਲਕ ਨੇ ਦਿਖਾ ਲਿਆ ਉਹਨੂੰ ਵੀ ਤੂੰ ਰਾਕਸ਼ ਬਣਿਆ ਫਿਰਦਾ ਹੈ ਇਨਸਾਨ ਭਾਈ ਇਨਸਾਨਾਂ ਵਾਲੇ ਕੰਮ ਕਰ ਤੇ ਉਹ ਠੱਗੀਆਂ ਮਾਰਨ ਵਾਲਾ ਸੱਜਣ ਨਾਮ ਹੈ ਤੇ ਮਾਲਕ ਨੇ ਕਹਿ ਦਿੱਤਾ ਤੂੰ ਠੱਗ ਹੈ ਤੂੰ ਸੱਜਣ ਤੈਨੂੰ ਕੌਣ ਕਹਿੰਦਾ ਸੱਜਣ ਹੈ ਤੇ ਏਦਾਂ ਹੀ ਮਲਕ ਭਾਗੋ ਨੂੰ ਵੀ ਆਖਣਾ ਕੀਤਾ ਸੀ ਆਹ ਬੰਦੇ ਆ ਤੂੰ ਤੂੰ ਰਾਜਾ ਤੂੰ ਚੌਧਰੀ ਹੈ ਤੂੰ ਤਾਂ ਇੱਕ ਯੋਕ ਬਣ ਕੇ ਚਿੰਬੜਿਆ ਆ ਖੂਨ ਪੀ ਰਿਹਾ ਬੰਦਿਆਂ ਦਾ ਇਨਸਾਨਾਂ ਦਾ ਖੂਨ ਵੱਢੀ ਲੈ ਰਿਹਾ ਰਿਸ਼ਵਤਾਂ ਲੈ ਰਿਹਾ ਹੱਕ ਮਾਰ ਰਿਹਾ ਤੂੰ ਇਨਸਾਨ ਨਹੀਂ ਹੈ ਆਖਣਾ ਕੀਤਾ ਸਾਹਮਣੇ ਅੰਦਰਲਾ ਭਾਵ ਨੂੰ ਦਿਖਾਉਣਾ ਕੀਤਾ ਮਾਲਕ ਐਸੇ ਨੇ ਇਹ ਦਰਪਣ ਹੈ ਗੁਰਬਾਣੀ ਸੀਸਾ ਜਿਵੇਂ ਸੀਸੇ ਵਿੱਚ ਆਪਣਾ ਚਿਹਰਾ ਮੂਹਰਾ ਦਿਸ ਜਾਂਦਾ ਨਾ ਇਹ ਗੁਰਬਾਣੀ ਇਕੱਲੇ ਚਿਹਰੇ ਦੀ ਗੱਲ ਨਹੀਂ ਇਹ ਤਾਂ ਅੰਦਰੋਂ ਸਭ ਕੁਝ ਵਿਖਾੜ ਦਿੰਦੀ ਹੈ ਵੀ ਤੇਰਾ ਦਿਲ ਕੈਸਾ ਬੰਦਿਆ ਤੇਰੀ ਸੋਚ ਕੈਸੀ ਹੈ ਤੇਰੀ ਵਿਚਾਰ ਕੈਸੀ ਹੈ ਤੂੰ ਕਰਮ ਕਿਹੋ ਜੇ ਕਰਦਾ ਗੁਰੂ ਸਾਹਿਬ ਜੀ ਜੇ ਕਿਤੇ ਆਹ ਦਰਸ਼ਨ ਹੋ ਜਾਣ ਗੁਰੂ ਸਾਹਿਬ ਦੇ ਕਹਿਣਾ ਤੇ ਫਿਰ ਮੁਕਤੀ ਹੋ ਜਾਂਦੀ ਹੈ ਜਿਨ੍ਹਾਂ ਨੇ ਕੀਤੇ ਦਰਸ਼ਨ ਉਹਨਾਂ ਦੀ ਮੁਕਤੀ ਅੱਜ ਵੀ ਕਰ ਸਕਦੇ ਹਾਂ ਤੇ ਮਾਲਕ ਨੇ ਸਾਨੂੰ ਸਮਝਾਇਆ ਵੀ ਆ ਬੜੀ ਵਾਰ ਇਹ ਬਚਨ ਪੜ੍ਹੀ ਦੇ ਆ ਵੀ ਸਤਿਗੁਰ ਕੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਸਾਹਿਬ ਕਹਿੰਦੇ ਵੇਖ ਦਿੱਤਾ ਸਾਰਿਆਂ ਪਰ ਵੇਖਣ ਵੇਖਣ ਵਿੱਚ ਫਰਕ ਹੈ ਫਰਕ ਕੀ ਹੈ ਸਾਹਿਬ ਕਹਿੰਦੇ ਆਹ ਇੱਕ ਦੇਖਣਾ ਤਾਂ ਉਦਾਂ ਹੀ ਹੈ ਵੀ ਨਮਸਕਾਰ ਕਰ ਲਈ ਇੱਕ ਦੇਖਣਾ ਹੈ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਵੇਖਣਾ ਵੀ ਸਾਡੇ ਗੁਰੂ ਸਾਹਿਬ ਜੀ ਕਿਹੜੀ ਸੋਚ ਦੇ ਮਾਲਕ ਹੈ ਕਿਹਨੂੰ ਪ੍ਰਵਾਨ ਕਰਦੇ ਆ ਕਿਤੇ ਖੁਸ਼ ਹੁੰਦੇ ਆ ਉਹ ਵਿਚਾਰ ਦੁਆਰਾ ਹੀ ਪਤਾ ਲੱਗੇਗਾ ਨਾ ਤੇ ਮਾਲਕ ਨੇ ਕਹਿ ਦਿੱਤਾ ਬਈ ਭਾਈ ਉਹਦਾ ਤਾਂ ਸਾਰੇ ਵੇਖਦੇ ਆ ਪਰ ਡਿੱਠੇ ਮੁਕਤ ਨਾ ਹੋ ਵੀ ਇਉਂ ਵੇਖਣ ਨਾਲ ਗੱਲ ਨਹੀਂ ਬਣਨੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਵਿਚਾਰਧਾਰਾ ਨੂੰ ਨਹੀਂ ਸਮਝਦਾ ਨਹੀਂ ਅਪਣਾਉਂਦਾ ਨਹੀਂ ਲਾਗੂ ਕਰਦਾ ਜੀਵਨ ਵਿੱਚ ਓਨਾ ਚਿਰ ਨਹੀਂ ਗੱਲ ਬਣਨੀ ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਐਸਾ ਸਮਰਾਥਾ ਰਜੀਓ ਆਪ ਨਿਮਕ ਨਾ ਵਿਸਰੈ ਜੀ ਭਗਤ ਨਿਕੋ ਜਿਹੜੇ ਅਸਲ ਭਗਤ ਬਣ ਜਾਂਦੇ ਆ ਮਾਲਕ ਦੀ ਭਗਤੀ ਕਰਦੇ ਹੈ ਉਹਨਾਂ ਤੋਂ ਤਾਂ ਇਹ ਨਿਮਕ ਮਾਤਰ ਮਾਲਕ ਦੇ ਬਚਨ ਵਿਸਰਦੇ ਨਹੀਂ ਹਨ ਤੇ ਜੇ ਸਾਨੂੰ ਵੀ ਸਮਝ ਆਈ ਅਸੀਂ ਵੀ ਆਖੀ ਆਪਣੇ ਮਨਾਂ ਨੂੰ ਆਠ ਪੈਰ ਮਨ ਤਾਂ ਕੋ ਜਪ ਮੇਰਿਆ ਮਨਾ ਤੂੰ ਵੀ ਅੱਠੇ ਪੈਰ ਇਹੋ ਜਿਹਾ ਜਾਪ ਕਰਿਆ ਕਰ ਇਹੋ ਜਿਹੇ ਜਾਪ ਦੀ ਲੋੜ ਹੈ ਗਿਣਤੀਆਂ ਮਿਣਤਿਆਂ ਵਾਲੇ ਦੀ ਲੋੜ ਨਹੀਂ ਇਹੋ ਜਿਹੇ ਜਾਪ ਦੀ ਲੋੜ ਹੈ ਵੀ ਹਰ ਸਮੇਂ ਆਹ ਮਾਲਕ ਦੀਆਂ ਬਚਨਾਂ ਨੂੰ ਗੱਲਾਂ ਨੂੰ ਯਾਦ ਰੱਖੀਏ ਸਰੋ ਵਿਚਾਰ ਮੇਰੇ ਮਾਲਕ ਦੀ ਤਾਕਤ ਹੁਣ ਦੱਸ ਦਿਆ ਇਸ ਸ਼ਬਦ ਵਿੱਚ ਐਸਾ ਸਮਰੱਥ ਗਿਆ ਮਾਲਕ ਨੇ ਕਹਿੰਦਾ ਵੀ ਇਹੋ ਜਿਹਾ ਉਹ ਮਾਲਕ ਸਮਰੱਥਾ ਦਾ ਮਾਲਕ ਆਓ ਸਭ ਆਰੰਭਤਾ ਤੋਂ ਜੋ ਕਿਰਪਾ ਕਰਦੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੀ ਇੰਦਨ ਤੇ ਬੈ ਸੰਤ ਰਿਭਾਗੈ ਮਾਟੀ ਕੋ ਜਲ ਦਹ ਦਿਸ ਤਿਆਗੈ ਉਪਰ ਚਰਨ ਤਲੇ ਆਕਾਸ਼ ਘਟ ਮੈਂ ਸਿੰਧ ਕੀ ਉਹ ਪ੍ਰਗਾਸ ਸਭਾ ਕਹਿੰਦਿਆ ਇੰਦਨ ਤੇ ਬੈ ਸੰਤ ਰਿਭਾਗੈ ਇੰਦਨ ਕਹਿੰਦਿਆ ਲੱਕੜੀਆਂ ਨੂੰ ਇੰਦਨ ਇੰਦਨ ਭਾਵ ਕਿ ਆਹ ਜਿੰਨਾ ਵੀ ਵਿਨਾਸ਼ਪਤੀ ਲੱਕੜੀਆਂ ਨੇ ਇੰਧਨ ਕਹਿੰਦਿਆ ਇਹਨੂੰ ਤੇ ਇਹਦੇ ਵਿੱਚ ਸਾਹਿਬ ਕਹਿੰਦੇ ਬਸ਼ਾਂਤਰ ਬਸ਼ਾਂਤਰ ਕਿਹਨੂੰ ਕਹਿੰਦੇ ਅੱਗ ਅੱਗ ਹੈ ਸਾਰੀਆਂ ਲੱਕੜੀਆਂ ਵਿੱਚ ਪਤਾ ਉਦੋਂ ਲੱਗਦਾ ਜਦੋਂ ਚੰਗਿਆੜੀ ਲੱਗਦੀ ਆ ਭਾਂਬੜ ਨਿਕਲਦੇ ਆ ਵਿੱਚੋਂ ਤੇ ਸਾਹਿਬ ਕਹਿੰਦੇ ਆ ਵੀ ਵੇਖੋ ਮੇਰੇ ਮਾਲਕ ਦੀ ਤਾਕਤ ਅੱਗ ਦਾ ਕੰਮ ਹੈ ਭਾਈ ਹਰ ਇੱਕ ਚੀਜ਼ ਨੂੰ ਸਾੜ ਦੇਣਾ ਤੇ ਪਰ ਅੱਗ ਲੱਕੜਾਂ 'ਚ ਸਮਾਈ ਰੱਖੀ ਹੋਈ ਆ ਮੇਰੇ ਵਾਹਿਗੁਰੂ ਦੀ ਕੁਛ ਨਹੀਂ ਕਹਿੰਦੀ ਹਰ ਇੱਕ ਲੱਕੜ ਵਿੱਚ ਅੱਗ ਹੈ ਤੇ ਸਾਹਿਬ ਕਹਿੰਦੇ ਨੇ ਕਿਵੇਂ ਸਮਾ ਕੇ ਰੱਖੀ ਹੋਈ ਹੈ ਮਾਟੀ ਕੋ ਜਲ ਦਹਿ ਦਿਸ ਤਿਆਗ ਹੈ ਹੁਣ ਮਿੱਟੀ ਹੈ ਆਹ ਧਰਤੀ ਮਿੱਟੀ ਹੈ ਤੇ ਸਾਰੇ ਪਾਸੇ ਦੇ ਪਾਣੀ ਹੈ ਸਾਰੇ ਪਾਸੇ ਪਾਣੀ ਥੱਲੇ ਵੀ ਪਾਣੀ ਹੈ ਆਕਾਸ਼ ਵਿੱਚ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਪਾਣੀ ਹਵਾ 'ਚ ਪਾਣੀ ਹੈ ਵੀ ਸਾਰੇ ਪਾਸੇ ਪਾਣੀ ਵੇਖੋ ਮਿੱਟੀ ਹੈ ਤੇ ਮਿੱਟੀ ਜਿਉਂ ਦੀ ਤਿਉਂ ਧਰਤੀ ਖੜੀ ਹੈ ਜਦਕਿ ਪਾਣੀ ਦਾ ਕੰਮ ਕੀ ਹੈ ਹਰ ਇੱਕ ਵਸਤ ਨੂੰ ਰੋੜ ਦੇਣਾ ਮਿੱਟੀ ਨੂੰ ਤਾਂ ਵੀ ਖੋਰ ਛੱਡਦਾ ਪਾਣੀ ਤੇ ਸਾਹਿਬ ਕਹਿੰਦੇ ਇਹ ਤਾਕਤ ਉਸ ਵਾਹਿਗੁਰੂ ਦੀ ਵੇਖੋ ਭਾਈ ਮਿੱਟੀ ਬਚੀ ਹੋਈ ਹੈ ਮਿੱਟੀ ਖੜਾ ਕੇ ਮੇਰੇ ਮਾਲਕ ਨੇ ਪਾਣੀ ਤੇ ਰੱਖੀ ਹੋਈ ਹੈ ਥੱਲੇ ਪਾਣੀ ਹੈ ਵੇਖੋ ਇਹ ਵਾਹਿਗੁਰੂ ਦੀ ਸਮਰੱਥਾ ਹੈ ਕਹਿ ਰਹੇ ਨੇ ਐਸਾ ਸਮਰੱਥ ਹਰ ਜੀ ਉਹ ਆਪ ਉਹ ਵਾਹਿਗੁਰੂ ਐਸੀ ਸਮਰੱਥਾ ਦਾ ਮਾਲਕ ਹੈ ਪਰ ਅੱਜ ਵੀ ਜੇ ਅਸੀਂ ਨਹੀਂ ਮੰਨਣਾ ਉਹ ਵੱਖਰੀ ਗੱਲ ਹੈ ਜੇ ਅੱਜ ਵੀ ਸਾਡੀ ਸਮਝ ਵਿੱਚ ਵਾਹਿਗੁਰੂ ਨਾ ਆਇਆ ਅੱਜ ਵੀ ਅਸੀਂ ਉਹਦੀ ਤਾਕਤ ਨੂੰ ਨਹੀਂ ਮੰਨਦੇ ਅਫਸੋਸ ਦੀ ਗੱਲ ਹੈ ਵੀ ਇੰਨਾ ਕੁਛ ਸਾਹਮਣੇ ਹੈ ਸਾਡੇ ਅੱਜ ਵੀ ਕਹਿੰਦੇ ਹਾਂ ਰੱਬ ਵਿਖਾਓ ਰੱਬ ਆਹੀ ਭਾਵ ਕਿ ਆਹ ਕੁਛ ਕਰ ਰਿਹਾ ਰੱਬ ਹੀ ਕਰ ਰਿਹਾ ਇਹ ਪਰਮਾਤਮਾ ਬਿਨ ਗੰਗਾ ਬਿਨ ਥੰਮਾ ਗਗਨ ਰਹਾਇਆ ਗਗਨ ਆਕਾਸ਼ ਨੂੰ ਕਹਿੰਦਾ ਕੋਈ ਥੰਮ ਹੈ
ਵੀ ਉਹ ਖੜਾ ਵੇਖੋ ਸੂਰਜ ਕਿੱਡਾ ਵੱਡਾ ਕਿੰਨੇ ਗੁਣਾ ਵੱਡਾ ਧਰਤੀ ਆ ਇਸ ਪਤਾਲ ਤੋਂ ਤੇ ਉਹ ਦੇਖੋ ਕਿਵੇਂ ਚੱਲ ਰਿਹਾ ਚੰਦਰਮਾ ਆਕਾਸ਼ ਵਿੱਚ ਕੀ ਕੁਛ ਹੈ ਤੇ ਸਾਹਿਬ ਕਹਿੰਦੇ ਆ ਅੱਜ ਤਾਂ ਕਹਿਣ ਵੀ ਲੱਗ ਗਿਆ ਵੀ ਭਾਵ ਕੇ ਚੰਦਰਮਾ ਤੇ ਦੁਨੀਆਂ ਪਹੁੰਚ ਗਈ ਕਹਿੰਦੇ ਉਹ ਵੀ ਇੱਕ ਮਿੱਟੀ ਹੈ ਧਰਤੀ ਹੈ ਹੁਣ ਧਰਤੀ ਵੇਖੋ ਕਿਵੇਂ ਟਿਕੀ ਹੋਈ ਆ ਤਾਂ ਆਕਾਸ਼ ਵਿੱਚ ਕੋਈ ਥੰਮ ਨਹੀਂ ਥੱਲੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਖੜਾਈ ਹੋਈ ਹੈ ਸ਼ਕਤੀ ਦੁਆਰਾ ਖੜੀ ਹੈ ਉਹਦੀ ਤਾਕਤ ਨਾਲ ਖੜੀ ਹੈ ਤੇ ਸਾਹਿਬ ਕਹਿੰਦਾ ਈਂਧਨ ਤੇ ਬੈ ਸ਼ਾਂਤਰ ਭਗ ਹੈ ਭਾਵ ਕੇ ਭਗ ਪਰੇ ਰੱਖੀ ਅੱਗ ਹੈ ਵਿੱਚ ਹੈ ਸਮਾਈ ਹੋਈ ਲੱਕੜੀ ਦੇ ਪਰ ਕੁਛ ਨਹੀਂ ਕਹਿ ਰਹੀ ਲੱਕੜ ਨੂੰ ਮਾਟੀ ਕੋ ਜਲ ਦਹਿ ਦਿਸ ਤਿਆਗੇ ਦਸਾਂ ਦਸਾਵਾਂ ਭਾਵ ਸਾਰੇ ਪਾਸੇ ਮਿੱਟੀ ਦੇ ਪਾਣੀ ਹੀ ਪਾਣੀ ਹੈ ਜਲ ਹੀ ਜਲ ਹੈ ਤੇ ਪਰ ਫੇਰ ਵੀ ਉਹ ਮਿੱਟੀ ਨੂੰ ਖਾਰ ਨਹੀਂ ਰਿਹਾ ਮਿੱਟੀ ਜਿਉਂ ਦੀ ਤਿਉਂ ਹੈ ਤੇ ਉੱਪਰ ਚਰਨ ਤਲੇ ਆਕਾਸ਼ ਉੱਪਰ ਚਰਨ ਚਰਨ ਪੈਰਾਂ ਨੂੰ ਕਹਿੰਦੇ ਆ ਤਲੇ ਆਕਾਸ਼ ਭਾਵ ਕਿ ਆਕਾਸ਼ ਸਿਰ ਨੂੰ ਕਿਹਾ ਇੱਥੇ ਵੀ ਆਹ ਬਨਸਪਤੀ ਐਸੀ ਹੈ ਗੁਰੂ ਪਿਆਰਿਓ ਸਾਖਾਂ ਨੇ ਉਹਦੀਆਂ ਜਿਹੜੀਆਂ ਆਪਾਂ ਇਉਂ ਕਹਿਣੀਆਂ ਟਾਹਣੀਆਂ ਨੂੰ ਬਾਹਾਂ ਲੱਤਾਂ ਕਹਿ ਲਈਏ ਵੀ ਸਿਰ ਥੱਲੇ ਹੈ ਜੜਾਂ ਥੱਲੇ ਨੇ ਉਤਾਂਹ ਨੂੰ ਪੁੱਠੇ ਖੜੇ ਨੇ ਕਿਵੇਂ ਖੜੇ ਹੈ ਘੱਟ ਮੈਂ ਸਿੰਧ ਕੀ ਉਹ ਪ੍ਰਕਾਸ਼ ਘੱਟ ਹਿਰਦੇ ਨੂੰ ਕਹਿੰਦੇ ਹੈ ਤੇ ਸਿੰਧ ਉਹ ਸਾਗਰ ਪਰਮਾਤਮਾ ਵਾਹਿਗੁਰੂ ਕਹਿੰਦੇ ਅੰਦਰ ਪ੍ਰਕਾਸ਼ਿਤ ਹੋਇਆ ਹੋਇਆ ਵੇਖੋ ਆ ਛੋਟੇ ਜਿਹੇ ਘੜੇ ਵਿੱਚ ਹਿਰਦੇ ਵਿੱਚ ਉਹ ਵਸਿਆ ਹੋਇਆ ਇਹ ਚਰਜ ਕੌਤਕ ਨੇ ਕਿਉਂਕਿ ਆਪ ਐਸਾ ਸਮਰੱਥਾ ਦਾ ਮਾਲਕ ਹੈ ਵਾਹਿਗੁਰੂ ਤੇ ਇੱਥੇ ਸਤਿਪੁਰਸ਼ ਇਹ ਵੀ ਕਿਹਾ ਕਰਦੇ ਵੀ ਈਂਧਨ ਤੇ ਬੈ ਸ਼ਾਂਤਰ ਭਾਗ ਹੈ ਵੀ ਹੁਣ ਲੱਕੜੀਆਂ ਦਾ ਕੰਮ ਹੈ ਗੁਰੂ ਪਿਆਰਿਓ ਲੱਕੜੀਆਂ ਵਿੱਚ ਅੱਗ ਹੈ ਅੱਗ ਜਾਲ ਕੇ ਰੱਖ ਦਿੰਦੀਆਂ ਲੱਕੜਾਂ ਨੂੰ ਤੇ ਸਾਨੂੰ ਬਾਬਾ ਜੀ ਨੇ ਆਖਣਾ ਕੀਤਾ ਵੀ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ ਹੱਡ ਨੇ ਸਾਡੇ ਲੱਕੜਾਂ ਸਮਾਨ ਨੇ ਇਹਨਾਂ ਨੂੰ ਵੀ ਜਦੋਂ ਅੱਗ ਆਪਾਂ ਦਾਹ ਕਰਦੇ ਹਾਂ ਸੰਸਾਰ ਵਿੱਚ ਵੇਖਦੇ ਹਾਂ ਤੇ ਸਵਾਹ ਬਣ ਜਾਂਦੇ ਅੱਗ ਦੇ ਨਾਲ ਅਗਨ ਸਾਡੇ ਅੰਦਰ ਵੀ ਰੱਖੀ ਹੋਈ ਹੈ ਮੇਰੇ ਮਾਲਕ ਦੇ ਜਠਰ ਅਗਨ ਸਾਡੇ ਅੰਦਰ ਵੀ ਬੰਦਿਆ ਵੇਖ ਤੇਰੇ ਅੰਦਰ ਕੈਸੀ ਅਗਨ ਹੈ ਉਹ ਅਗਨ ਦਾ ਸੇਕ ਤੇਰੀਆਂ ਹੱਡੀਆਂ ਨੂੰ ਕਦੇ ਲੱਗਿਆ ਕਦੇ ਲਹੂ ਮੰਝ ਚਰਬੀ ਆਦਿ ਢਲੀ ਹੈ ਤੇਰੀ ਉਹ ਮਾਲਕ ਨੇ ਅੱਗ ਕਿੰਨੀ ਅੰਦਰ ਸਮਾਈ ਹੋਈ ਆ ਹਰ ਇੱਕ ਵਸਤੂ ਜੋ ਵੀ ਅੰਦਰ ਪਾਉਂਦੇ ਆ ਸਵਾਹ ਬਣ ਜਾਂਦਾ ਹੈ ਹਰ ਇੱਕ ਆਪਾਂ ਕਹਿੰਦੇ ਭਸ਼ਮ ਹੋ ਜਾਂਦਾ ਅੰਦਰ ਜਾ ਕੇ ਹਰ ਇੱਕ ਸਾਡੇ ਪਦਾਰਥ ਪਰ ਆਹ ਕਿੰਨਾ ਕੁ ਕੀ ਹੈ ਸਾਡਾ ਸਰੀਰ ਲੱਕੜੀਆਂ ਵਾਂਗ ਭਾਵ ਕੇ ਹੱਡੀਆਂ ਨੇ ਲਹੂ ਮੰਝ ਨਾੜੀਆਂ ਕੀ ਕੁਛ ਅੰਦਰ ਪਰ ਸੇਕ ਆਂਚ ਨਹੀਂ ਆਉਂਦੀ ਭੋਰਾ ਵੀ ਮੇਰੇ ਵਾਹਿਗੁਰੂ ਨੇ ਕਿੱਦਾਂ ਰੱਖਿਆ ਹੋਇਆ ਸਾਨੂੰ ਤੇ ਐਵੇਂ ਮਾਟੀ ਕੋ ਜਲ ਦਹਿ ਦਿਸ ਤਿਆਗ ਤੇ ਸਾਹਿਬ ਕਹਿੰਦੇ ਆ ਮਿੱਟੀ ਦਾ ਸਰੀਰ ਹੈ ਤੇ ਅੰਦਰ ਪਾਣੀ ਹੀ ਪਾਣੀ ਪਾਣੀ ਤੋਂ ਬਿਨਾਂ ਕੁਛ ਵੀ ਨਹੀਂ ਹੈ ਸਾਡੇ ਅੰਦਰ ਓਦਾਂ ਬਾਹਰੋਂ ਵੀ ਆਪਾਂ ਪਾਈ ਜਾਂਦੇ ਹਾਂ ਕਿੰਨਾ ਪਾਣੀ ਸਕਦੇ ਹਾਂ ਪਰ ਪਾਣੀ ਸਾਹਿਬ ਕਹਿੰਦੇ ਮਿੱਟੀ ਦੇ ਸਰੀਰ ਨੂੰ ਕੁਛ ਨਹੀਂ ਹੁੰਦਾ ਜਦ ਕਿ ਪਾਣੀ ਮਿੱਟੀ ਵਿੱਚ ਮਿੱਟੀ ਘੁਲ ਜਾਂਦੀ ਹੈ ਪਾਣੀ ਵਿੱਚ ਤੇ ਮੇਰੇ ਮਾਲਕ ਨੇ ਰੱਖਿਆ ਹੋਇਆ ਵੇਖੋ ਕਿਵੇਂ ਉੱਪਰ ਚਰਨ ਤਲੇ ਆਕਾਸ਼ ਉੱਪਰ ਚਰਨ ਇਹ ਵੀ ਆਪਾਂ ਸੁਣਦੇ ਹਾਂ ਗੁਰੂ ਪਿਆਰਿਓ ਵੀ ਜਦੋਂ ਮਾਤਾ ਦੇ ਗਰਭ ਦੇ ਵਿੱਚ ਪੇਟ ਵਿੱਚ ਬੱਚਾ ਹੈ ਕਿੰਨਾ ਸਮਾਂ ਰਹਿੰਦਾ 10 ਮਹੀਨੇ ਦੀ ਗੱਲ ਕੀਤੀ ਹੈ ਬਾਣੀ ਵਿੱਚ ਵੀ 10 ਮਹੀਨੇ ਉਹ ਕਿਵੇਂ ਆ ਗੁਰੂ ਪਿਆਰਿਓ ਕਹਿੰਦੇ ਪੈਰ ਅਤਾਹ ਹੁੰਦੇ ਆ ਸਿਰ ਥੱਲੇ ਹੁੰਦਾ ਪੁੱਠਾ ਲਟਕਦਾ ਹੁੰਦਾ ਜੇ ਬਾਹਰੀ ਤੌਰ ਤੇ ਜਨਮ ਲਿਆ ਹੋਇਆ ਕਿ ਨਾ 10 ਦਿਨ ਵੀ ਨਹੀਂ ਰਹਿ ਸਕਦਾ ਪੁੱਠਾ ਲਟਕਾ ਦਈਏ ਜੇ ਆਪਾਂ ਖਤਮ ਹੋ ਜੂ ਕਹਾਣੀ ਪਰ ਉੱਥੇ ਵੇਖੋ 10 ਮਹੀਨੇ ਦੀ ਗੱਲ ਕੀਤੀ ਹੈ ਮਹਾਰਾਜ ਜੀਆਂ ਨੇ ਸਾਹਿਬ ਕਹਿੰਦੇ ਪੁੱਠਾ ਲਟਕਦਾ ਇਹ ਤਾਕਤ ਨਹੀਂ ਮਾਲਕ ਦੀ ਉੱਥੇ ਕਿਵੇਂ ਰੱਖਿਆ ਹੋਇਆ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਉੱਥੇ ਰੱਖਿਆ ਹੋਇਆ ਸਿਮਰਨ ਦੁਆਰਾ ਭਾਵ ਆਪਣੀ ਸ਼ਕਤੀ ਦੁਆਰਾ ਉਹਦੀ ਯਾਦ ਦੁਆਰਾ ਰਹਿ ਰਿਹਾ ਸਾਹਿਬ ਕਹਿੰਦੇ ਐਸਾ ਸਮਰੱਥ ਹਰ ਜੀਓ ਆਪ ਉੱਪਰ ਚਰਨ ਤਲੇ ਆਕਾਸ਼ ਚਰਨ ਉੱਤੇ ਨੇ ਤੇ ਗੁਰੂ ਪਿਆਰਿਓ ਸਿਰ ਥੱਲੇ ਹੈ ਨਿਮਕ ਨਾ ਸਾਹਿਬ ਕਹਿੰਦੇ ਘੱਟ ਮੈਂ ਸਿੰਧ ਕੀ ਉਹ ਪ੍ਰਕਾਸ਼ ਆ ਘੱਟ ਸਰੀਰ ਦੇ ਵਿੱਚ ਉਹ ਮੇਰਾ ਮਾਲਕ ਜਿਹੜਾ ਸਾਗਰ ਵਾਹਿਗੁਰੂ ਹੈ ਉਹ ਸਮਾਇਆ ਹੋਇਆ ਅੰਦਰੀ ਸਮਾਇਆ ਤਾਂ ਕਰਕੇ ਗੁਰੂ ਪਿਆਰਿਓ ਉਹਦੇ ਕਾਰਨ ਕਰਕੇ ਸਮਾਏ ਹੋਏ ਕਰਕੇ ਅੱਗ ਨਹੀਂ ਕੁਛ ਕਰ ਰਹੀ ਅੱਗ ਦਾ ਸੇਕ ਨਹੀਂ ਲੱਗਦਾ ਇਹ ਪਾਣੀ ਵੀ ਨਹੀਂ ਕੁਛ ਕਰਦਾ ਮਿੱਟੀ ਦੇ ਸਰੀਰ ਨੂੰ ਤੇ ਸਾਹਿਬ ਕਹਿੰਦੇ ਭਾਵੇਂ ਜੀਵ ਪੁੱਠਾ ਲਟਕਦਾ ਹੈ ਤੇ ਸਾਹਿਬ ਕਹਿੰਦੇ ਉਹ ਮੇਰਾ ਵਾਹਿਗੁਰੂ ਰੱਖੀ ਬੈਠਾ ਜਿੰਨਾ ਚਿਰ ਅੰਦਰ ਹੈ ਘੱਟ ਮੈਂ ਸਿੰਧ ਕੀ ਉਹ ਪ੍ਰਕਾਸ਼ ਜਿੰਨਾ ਚਿਰ ਅੰਦਰ ਉਹਦਾ ਪ੍ਰਕਾਸ਼ ਉਹਦੀ ਸ਼ਕਤੀ ਉਹਦੀ ਅੰਸ਼ ਹੈ ਉਹਦੀ ਜੋਤ ਹੈ
ਤੇ ਜਦੋਂ ਜੋਤ ਨਿਕਲ ਗਈ ਉਦੋਂ ਹੰਭ ਲਈ ਆਪਾਂ ਕਰਦੇ ਵੀ ਹਾਂ ਗੁਰੂ ਪਿਆਰ ਰੱਖਣ ਦੇ ਯਤਨ ਰੱਖਣ ਦੇ ਕਰਦੇ ਹਾਂ ਵੱਧ ਤੋਂ ਵੱਧ ਭਾਵ ਕੇ ਸਾਲ ਚ ਮੇਰੇ ਰੱਖ ਸਕਦਾ ਕੋਈ ਪਰ ਉਹ ਸਰੀਰ ਨਹੀਂ ਰਹਿੰਦਾ ਯਤਨ ਕਰਦੇ ਹਾਂ ਬੜੇ ਯਤਨਾਂ ਨਾਲ ਫਿਰ ਵੀ ਮਾੜਾ ਮੋਟਾ ਸਮਾਂ ਰੱਖਦੇ ਹਾਂ ਪਰ ਨਹੀਂ ਰਹਿੰਦੇ ਫਿਰ ਸਭ ਅੱਡੋ ਅੱਡੀ ਕੁਛ ਹੋ ਜਾਂਦਾ ਇਸੇ ਕਰਕੇ ਸਾਹਿਬਾ ਇਹ ਕਿਰਪਾ ਕਰਦਾ ਸਾਨੂੰ ਸਮਝਾਉਂਦੇ ਆ ਐਸਾ ਸਮਰਾਥਰ ਜੀਓ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੋ ਐਸਾ ਵਾਹਿਗੁਰੂ ਸਮਰੱਥਾ ਦਾ ਤਾਕਤ ਦਾ ਮਾਲਕ ਹੈ ਜਿਹੜੇ ਰੱਬ ਦੇ ਪਿਆਰੇ ਭਗਤ ਪਿਆਰੇ ਆ ਜਿਹੜੇ ਇਹ ਗੱਲ ਨੂੰ ਗਿਆਨ ਦੁਆਰਾ ਸਮਝਦੇ ਆ ਉਹਦੇ ਨਾਲ ਪਿਆਰ ਕਰਦੇ ਆ ਤੇ ਸਾਹਿਬਾ ਕਹਿੰਦੇ ਆ ਤੇ ਉਹ ਨਿਮਖ ਮਾਤਰ ਬਿਸ਼ਾਰਦ ਨੀ ਯਾਦ ਰੱਖਦੇ ਆ ਵਾਹਿਗੁਰੂ ਨੂੰ ਤੇ ਜਿਹਨੂੰ ਭਾਈ ਸਮਝ ਆਈ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ ਆਠ ਪੈਰ ਮਨ ਤਾਕੋ ਜਾਪ ਅਸੀਂ ਮਨਾਂ ਨੂੰ ਆਖੀਏ ਆਪਣਿਆਂ ਨੂੰ ਵੀ ਮਨਾ ਐਡੀ ਵੱਡੀ ਤਾਕਤ ਦਾ ਮਾਲਕ ਮੇਰਾ ਵਾਹਿਗੁਰੂ ਫਿਰ ਤੂੰ ਉਹਨੂੰ ਕਿਉਂ ਬਿਸ਼ਾਰਿਆ ਤੂੰ ਵੀ ਯਾਦ ਰੱਖਿਆ ਕਰ ਸਰੋਹ ਵਿਚਾਰ ਅੱਗੇ ਸਾਹਿਬਾ ਕਿਰਪਾ ਕਰ ਦਿਆ ਪ੍ਰਿਥਮ ਐ ਮਾਖਣ ਪਾਸ਼ਾ ਦੂਧ ਮੈ ਲੋਕਿਨੋ ਸਾਬਣ ਸੋਦ ਭੈ ਤੇ ਨਿਰਭਉ ਡਰਤਾ ਫਿਰੈ ਹੋਂਦੀ ਕੋ ਅਣਹੋਂਦੀ ਹੀਰੈ ਸਭ ਕਹਿੰਦੇ ਪ੍ਰਥਮ ਹੈ ਮਾਖਣ ਪਾਸੈ ਦੂਧ ਹੁਣ ਇਹ ਉਦਾਹਰਨ ਇੱਕ ਬਰੀਕੀ ਨਾਲ ਸਮਝਾਂਗੇ ਪਿਆਰ ਵਿੱਚ ਮਨ ਲਾ ਕੇ ਸਮਝਾਂਗੇ ਸੁਰਤ ਜੋੜ ਕੇ ਤੇ ਸਾਡੀ ਸਮਝ ਵਿੱਚ ਆਏਗੀ ਗੱਲ ਤੇ ਸਾਹਿਬ ਕਹਿੰਦੇ ਆ ਮਾਖਣ ਪ੍ਰਥਮ ਹੈ ਮਾਖਣ ਪ੍ਰਥਮੇ ਦਾ ਭਾਵ ਹੁੰਦਾ ਪਹਿਲਾਂ ਮਾਖਣ ਕਹਿੰਦੇ ਪਹਿਲਾਂ ਮੱਖਣ ਹੈ ਪਾਸੈ ਦੂਧ ਬਾਅਦ ਵਿੱਚ ਦੁੱਧ ਹੈ ਪਰ ਹੈ ਤਾਂ ਗੱਲ ਉਲਟ ਪਹਿਲਾਂ ਤਾਂ ਦੁੱਧ ਹੁੰਦਾ ਗੁਰੂ ਪਿਆਰੇ ਆਪਾਂ ਸਾਰੇ ਜਾਣਦੇ ਆ ਦੁੱਧ ਨੂੰ ਜਾਗ ਲਾਉਂਦੇ ਹਾਂ ਫਿਰ ਦਹੀਂ ਬਣਦਾ ਦਹੀਂ ਨੂੰ ਮਿੱਥਿਆ ਜਾਂਦਾ ਰਿੜਕਿਆ ਜਾਂਦਾ ਫਿਰ ਕਿਤੇ ਜਾ ਕੇ ਮੱਖਣ ਆਉਂਦਾ ਹੈ ਪਰ ਇੱਥੇ ਸਾਹਿਬ ਕੀ ਕਹਿੰਦੇ ਆ ਵੀ ਪਹਿਲਾਂ ਮੱਖਣ ਹੈ ਉਦੋਂ ਬਾਅਦ ਵਿੱਚ ਦੁੱਧ ਹੈ ਉਲਟ ਗੱਲ ਹੈ ਨਾ ਇਹ ਭਾਵ ਕੇ ਸਾਨੂੰ ਸਮਝਾਉਂਦੇ ਆ ਸਾਹਿਬ ਵੀ ਜਿਹੜਾ ਮੱਖਣ ਅਸਲੀ ਤੱਤ ਹੈ ਅਸਲ ਜਿਹੜਾ ਸੱਚ ਹੈ ਉਹ ਪਹਿਲਾਂ ਵਾਹਿਗੁਰੂ ਪਹਿਲਾਂ ਆ ਜਿਹੜਾ ਬਾਅਦ ਵਿੱਚ ਆ ਜਿਹੜਾ ਦੁੱਧ ਹੈ ਭਾਵ ਜਿਹੜਾ ਸੰਸਾਰ ਹੈ ਇਹ ਬਾਅਦ ਵਿੱਚ ਹੈ ਉਹ ਵਾਹਿਗੁਰੂ ਜਿਹੜਾ ਅੰਦਰ ਬੈਠਾ ਜਿਹਨੂੰ ਆਪਾਂ ਕਹਿੰਦੇ ਹਾਂ ਛਪਿਆ ਹੋਇਆ ਜਿਵੇਂ ਗੁਰੂ ਪਿਆਰਿਓ ਹਮਜਾ ਗਾਉਂ ਭਾਵ ਕਿ ਉਹ ਫਕੀਰ ਨੂੰ ਮੇਰੇ ਮਾਲਕ ਨੇ ਬਗਦਾਦ ਦੇ ਚੌਧਰੀ ਨੂੰ ਸਮਝਾਇਆ ਸੀ ਨਾ ਉਹ ਕਹਿੰਦਾ ਸੀ ਤੇਰਾ ਰੱਬ ਵਿਖਾ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਇੱਧਰ ਨੂੰ ਜਾਣ ਦਾ ਬੜੀ ਵਾਰ ਇਹ ਗਾਥਾ ਆਪਾਂ ਗੁਰੂ ਪਿਆਰਿਓ ਸਾਂਝੀ ਕੀਤੀ ਹੈ ਆਖਿਆ ਸੀ ਤੇ ਮਾਲਕ ਨੇ ਆਖਿਆ ਸੀ ਦੁੱਧ ਪੀਂਦਾ ਉਹਨਾਂ ਉਹ ਕਹਿੰਦਾ ਪੀਨਾ ਉਹਨਾਂ ਕਹਿੰਦੇ ਲਿਆ ਲਿਆਉਣਾ ਕੀਤਾ ਕਹਿੰਦੇ ਆ ਵੇਖ ਦੁੱਧ ਆ ਪੀਨਾ ਕਹਿੰਦੇ ਜੀ ਹਾਂ ਕਹਿੰਦੇ ਇਹਦੇ ਵਿੱਚ ਕੀ ਆ ਵੇਖ ਕਹਿੰਦਾ ਜੀ ਕੁਛ ਨਹੀਂ ਹੈ ਕਹਿੰਦੇ ਸਮਾਰ ਕੇ ਵੇਖ ਕੁਛ ਹੈ ਵੇਖਣਾ ਕੀਤਾ ਕਹਿੰਦੇ ਸਾਣ ਪੁਣ ਵੀ ਲਿਆ ਫਿਰ ਕਹਿੰਦੇ ਵੀ ਹੈ ਕੁਛ ਨੀ ਬਾਬਾ ਸੱਚ ਦਾ ਸਹੀ ਦੱਸ ਕੀ ਕਹਿੰਦਾ ਬੁਝਾਰ ਤਾ ਨਾ ਭਾ ਤੇ ਮਾਲਕ ਕਹਿੰਦੇ ਭਲਿਆ ਵੇਖਤਾ ਸੀ ਕੁਛ ਹੈ ਕਹਿੰਦੇ ਮੈਨੂੰ ਦੇਖਦਾ ਤੁਹਾਨੂੰ ਕੁਛ ਦਿਸਦਾ ਗੁਰੂ ਪਾਤਸ਼ਾਹ ਕਹਿੰਦੇ ਜੇ ਦਿਸਦਾ ਤਾਂ ਹੀ ਕਹਿੰਦਾ ਵੀ ਕੁਛ ਹੈ ਤੇ ਆਖਣ ਲੱਗਿਆ ਬਾਬਾ ਦੱਸਣਾ ਕਰ ਕੀ ਹੈ ਤੇ ਸਾਹਿਬਾ ਕਹਿੰਦੇ ਇਹਦੇ ਵਿੱਚ ਭਾਈ ਘੀਆ ਇਹਦੇ ਦੁੱਧ ਵਿੱਚ ਮੱਖਣ ਹੈ ਤੇ ਕਹਿੰਦੇ ਹੈ ਬਾਬਾ ਕਿਹੜੀਆਂ ਗੱਲਾਂ ਕਰਦਾ ਤਾਂ ਸਭ ਨੂੰ ਪਤਾ ਵੀ ਇਹਦੇ ਵਿੱਚ ਘੀ ਹੁੰਦਾ ਕਹਿੰਦੇ ਹੈ ਫਿਰ ਦਿਖਾ ਤੈਨੂੰ ਤਾਂ ਦਿਸਿਆ ਨਹੀਂ ਕਹਿੰਦੇ ਬਾਬਾ ਐਂ ਥੋੜ੍ਹੀ ਦਿਸੇਗਾ ਜੇ ਉਹਨੂੰ ਦੇਖਣਾ ਪਹਿਲਾਂ ਇਹਨੂੰ ਜਾਗ ਲਾਉਣਾ ਪਊ ਇਹ ਦਹੀਂ ਬਣੇਗਾ ਫਿਰ ਉਹਨੂੰ ਮਿਥਣਾ ਪਏਗਾ ਰਿੜਕਣਾ ਪਏਗਾ ਫਿਰ ਕਿਤੇ ਮੱਖਣ ਆਏਗਾ ਫਿਰ ਕਿਤੇ ਉਹਦਾ ਘੇ ਪਾ ਫਿਰ ਉਹ ਨਜ਼ਰ ਆਊ ਪਰ ਸਾਹਿਬਾ ਕਹਿੰਦੇ ਹੈ ਤਾਂ ਵਿੱਚ ਕਹਿੰਦਾ ਕਹਿੰਦਾ ਹਾਂ ਜੀ ਹੈ ਵਿੱਚ ਹੈ ਤੇ ਮਾਲਕ ਨੇ ਏਦਾਂ ਹੀ ਜਿਹੜਾ ਵਾਹਿਗੁਰੂ ਹੈ ਸਾਰਿਆਂ ਵਿੱਚ ਸਮਾਇਆ ਹੋਇਆ ਉਹ ਜਿਹੜਾ ਅਸਲ ਤੱਤ ਸਾਰ ਮੱਖਣ ਘੀ ਹੈ ਕਹਿੰਦਾ ਉਹ ਸਾਰਿਆਂ ਵਿੱਚ ਹੈ ਤੇ ਇੱਥੇ ਵਾਹਿਗੁਰੂ ਇੱਥੇ ਸਤਿਗੁਰੂ ਜੀ ਕਹਿੰਦੇ ਪ੍ਰਥਮ ਹੈ ਮੱਖਣ ਕਹਿੰਦੇ ਪਹਿਲਾਂ ਉਹ ਮੱਖਣ ਪਹਿਲਾਂ ਉਹ ਵਾਹਿਗੁਰੂ ਹੈ ਬੰਦਿਆ ਪਿੱਛੋਂ ਤੇਰਾ ਵਜੂਦ ਹੈ ਸੰਸਾਰ ਵਿੱਚ ਦੁੱਧ ਪਹਿਲਾਂ ਤੇ ਬਾਅਦ ਵਿੱਚ ਮੱਖਣ ਨਿਕਲਦਾ ਫਿਰ ਨਜ਼ਰ ਆਉਂਦਾ ਯਤਨ ਕਰਿਆ ਤੇ ਸਾਹਿਬਾ ਕਹਿੰਦੇ ਆ ਪਰ ਉਹ ਵਾਹਿਗੁਰੂ ਪਹਿਲਾਂ ਤੇ ਤੋਂ ਬੰਦਿਆ ਤੇਰਾ ਵਜੂਦ ਬਾਅਦ ਵਿੱਚ ਹੈ ਕਿਉਂਕਿ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ ਸਾਹਿਬ ਨੇ ਆਖਣਾ ਕੀਤਾ ਹੁਣ ਵਿਸਥਾਰ ਵਿੱਚ ਨਾ ਜਾਈਏ ਪ੍ਰਥਮੈ ਮਾਖਣ ਪਾਸੈ ਦੂਧ ਕਹਿੰਦੇ ਪਹਿਲਾਂ ਉਹ ਮੱਖਣ ਵਾਹਿਗੁਰੂ ਹੈ ਬਾਅਦ ਵਿੱਚ ਆ ਪਛਾਰਾ ਪਰ ਅਸੀਂ ਉਹ ਮਾਲਕ ਨੂੰ ਭੁੱਲ ਗਏ ਅਸੀਂ ਪਛਾਰੇ ਵਿੱਚ ਹੀ ਲੱਗ ਗਏ ਹਾਂ ਅਸੀਂ ਆ ਸੰਸਾਰ ਵਿੱਚ ਖਚਤ ਹੋਇਆ ਕਿਸੇ ਨੇ ਨਹੀਂ ਪਛਾਣਿਆ ਗੁਰੂ ਬਾਬਾ ਜੀ ਨੇ ਸਾਨੂੰ ਸਮਝਾਉਣ ਲਈ ਆ ਗਿਆਨ ਦਿੱਤਾ ਬਾਣੀ ਦਿੱਤੀ ਹੈ ਬਾਣੀ ਦੇ ਵਿੱਚ ਸਾਨੂੰ ਆਖਣਾ ਕੀਤਾ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਸਾਹਿਬ ਨੇ ਸਮਝਾਉਣ ਲਈ ਆਖਿਆ ਵੀ ਸਾਰੀ ਬਨਸਪਤੀ ਵਿੱਚ ਭਾਈ ਅੱਗ ਹੈ ਸਾਰੇ ਦੁੱਧ ਕੋਈ ਵੀ ਹੈ ਉਹਦੇ ਵਿੱਚ ਘੀ ਹੁੰਦਾ
जीव कोई भी है उहदे विच परमात्मा है, साहब कहिंदे है, पर अफसोस सानू समझ नहीं आई। समझांगे तां जिस बाणी दुबारा मालिक दे दर्शन करांगे, विचार नाल जुड़ांगे। ते साहब कहिंदे आ प्रथम है माखण पाशा दूध, अगे कहिंदा मैलू किनो साबण सूद। मैलू मैल नूं साहब कहिंदे भाई शुद्ध कर दिया मेरे वाहिगुरु। हुण मैलू दा भाव कहिंदा मैल, हुण साडे विच मैल ही मैल कही गई है। ओदा बेशक असीं लख आखीए भी साडे अंदर मैल नहीं जी, अज तां दुध धोतिया कह दिंदे आ। ते मालिक कहिंदे आ मैल मैल दी गल इत्थों तक कीती है भी जिहड़ा अंदर साडे है लहू मिंज आदि, इहनूं सब नूं गांधी गंद आखणा कीता। कह रहे ने भी इह जिहड़ा भाई अंदरों साडे निकलदा मलीन मेहनता भाव कि आ लहू, ये जिथे लग जाए आप कहने भी ये कपड़ा पलीत हो गया जी, कहा जाता ना भाई लहू लग गया भाई इन धोता जाए, क्योंकि जित जम लग गए। मालिक ने आखना किया बचन आंदे भाई जिथे भाई ये लग जाए वह कपड़ा भी जामा होए पलीत आखना किया भी जामे वह पलीत हो जाते ने, भाव के एदा साडी अंदर ये मैला पाना है। तो मेरे वाहिगुरु ने देखो साडे लिए किड्डी कृपा की है, मैलू कीनो साबण सूद, वह मेरा मालिक शुद्ध कर दिंदा इस मैल दे विचों ही दुध पैदा करदा है। दुध मैल दे विचों ही भाव के चिट्टा दुध है, मलीनता दा भाव की हुंदा कालख, ते हुण दुध पैदा करदा कादे लई, साडे लई मेरा वाहिगुरु करदा, वह कृपा कर रिहा। भै ते निरभउ डरता फिरै, भै ते निरभउ डरता फिरै, साहब कहिंदे आ जिंद साडी निरभउ वाहिगुरू दी अंश है। निरभउ वाहिगुरू परमात्मा, आपां कहिंदे आ आत्मा परमात्मा की अंश बाणी विच गया भी परमात्मा दी अंश है, परमात्मा निरभउ है, ते आ साडी जिंद निरभउ है। ते साहब कहिंदे भै ते निरभउ डरता फिरै, हुण जिंद निरभउ है पर आ डरां तों ही डरी जांदी है साडी जिंद। वहम पाता किसी ने जिंद डर दिया, कहिंदा जी मैनू तां अंदरों डर लगता जिंद करके, बड़ा डर लगता है। किसी ने कर्म कांड बनाते फोकता, उन्हां तों ही आ डरी जांदी है जिंद निरभउ वाहिगुरु की, क्योंकि ने समझा नहीं भी मैं वाहिगुरु की अंश हाँ। मालिक ने तो समझाया जे कि सुनेंगे, साहब कहने मन तू जोत सरूप है, अपना मूल पछाण अपने मुढ़ की पछाण कर, जिहड़ा तेरा असल मुढ़ है वह निरभउ है, वह वाहिगुरु है, वह परमात्मा है। पर यह निरभउ नूं भुल गया, यह तो अपने आप नूं भुल गया, जीवता भी मैं की हाँ। इस करके साहब ने आखना किया भी अपने मूल की पछाण कर, अपने आप की पछाण कर, अपने आप नूं समझना कर। तो इत्थे की है साहब कहिंदे ये डरदा फिरदा निरभउ की अंश वाहिगुरु डरदा फिरदा है। जिवें आम कहा जाता गुरु प्यारिओ भी शेर है जिहड़ा बड़ी मार धार करदा, हर एक पंछी नूं अपना भोजन बना लैंदा है। आम ये पिछे सुनिया भी है भी सरखसान विच रखे हुए शेर गुरु प्यारिओ उहनां नूं मास दिता जाता खाण नूं जीवित रखण लई। समय ऐसा सी सरकार ने कहता भी कोई पिंजरे विच नहीं रख सकता भाई, ये आजाद जानवरां नूं छड्डणा करो। कहिंदे छड्ड दित्ते शेर उस समय, पंज शेर सरखस ने छड्डे, एक वड्डी सरखस सी दासरे दे नाम भुल गया। कहिंदे उह छड्डे गुरु प्यारिओ, ते उहनां शेरां नूं कहिंदे आम जीवां नहीं खत्म कर दिता। क्यों खत्म कर दिता? क्योंकि उन्हां नूं पता ही नहीं सी भी साडे च जोर की है, भी असीं शेर हुंदे आ। उह भोजन भाव के उन्हां नूं मरिया मराया तैयार करके भोजन सकाया जांदा सी, मास दिता जांदा सी। वह अपने आप नूं भुल गए भी असीं शेर हाँ, जद के शेर तो हर एक पशु पंछी डरदा है, हर एक तो है भी है, पर वह अपने आप नूं भुल गए। क्यों भुले? क्योंकि वह पिंजरे च रह गए, वह थोड़े जे दायरे विच रहण लग गए। तो इस तरह ही भाव के तो एक उदाहरण है भी आ जीव जिहड़ा साडा अंश, जिहड़ी साडी आत्मा, यह परमात्मा की अंश है। यह अपने आप नूं बंदा भुल गया भी मैं की हाँ। ते भुलण करके साहब ने आखना किया मन तू जोत सरूप है, अपना मूल पछाण, ओए मना तू उस वाहिगुरु की अंश, अपने आप की पछाणता कर ले भी की है, ते तू की बनिया फिरदा, तू कहड़ियां गल्लां तो डरी जाना, तू तो आजाद है, तू तो इत्थे दा सरताज है, सिर मोर है, राजा सारिआं ते राज करन वाला, पर तू अज की करदा है?
ਤੂੰ ਅੱਜ ਅਣਹੋਈਆਂ ਗੱਲਾਂ ਤੁਸੀਂ ਡਰੀ ਜਾਂਦਾ, ਉਹਨਾਂ ਨੂੰ ਹੋਈਆਂ ਹੀ ਬਣਾਈ ਜਾਂਦਾ, ਭਰਮ ਐਸਾ ਪੈ ਗਿਆ। ਤੇ ਮਾਲਕ ਨੇ ਕਹਿ ਦਿੱਤਾ, ਮਾਧਵੇ ਕਿਆ ਕਹੀਏ, ਭਰਮ ਐਸਾ, ਭਰਮ ਹੀ ਇਹੋ ਜਿਹਾ ਪੈ ਗਿਆ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਇਹਨੇ ਮੰਨ ਲਿਆ ਉਹ ਗੱਲ ਹੈ ਹੀ ਨਹੀਂ, ਇਹਨੇ ਤਾਂ ਰੱਬ ਨੂੰ ਵੀ ਹੋਰ ਹੀ ਕੁਛ ਮੰਨਿਆ ਪਿਆ। ਸੁਰੋਹ ਵਿਚਾਰ ਆਓ, ਹੁਣ ਸਮਾਂ ਨਹੀਂ ਹੈ। ਤੇ ਮਾਲਕ ਕਹਿੰਦੇ ਹੈ ਵੀ ਭੈ ਤੇ ਨਿਰਭਉ ਡਰਤਾ ਫਿਰੇ, ਹੋਂਦੀ ਕੋ ਅਣਹੋਂਦੀ ਫਿਰੇ। ਕਹਿੰਦੇ ਹੋਂਦੀ ਨੂੰ ਅਣਹੋਂਦੀ ਕਹੀ ਜਾਂਦਾ, ਇਹ ਹੋਂਦ ਨੂੰ ਵਾਹਿਗੁਰੂ ਨੂੰ ਅਣਹੋਂਦ ਕਹੀ ਜਾਂਦਾ। ਆਹ ਸਾਰੀ ਵਾਹਿਗੁਰੂ ਦੀ ਹੋਂਦ ਹੀ ਹੈ ਸਾਰੇ ਪਾਸੇ, ਉਹ ਤੋਂ ਬਿਨਾਂ ਕੌਣ ਹੈ, ਕੁਛ ਵੀ ਨਹੀਂ ਹੈ। ਸਾਰੇ ਪਾਸੇ ਵਾਹਿਗੁਰੂ ਹੀ ਵਾਹਿਗੁਰੂ ਹੈ, ਪਰਮਾਤਮਾ ਦੀ ਅੰਸ਼ ਹੀ ਚੱਲ ਰਹੀ ਹੈ। ਤੇ ਇਹ ਕਹਿੰਦਾ ਹੈ ਹੀ ਨਹੀਂ, ਇਹ ਕਹਿੰਦਾ ਬਖਾਓ ਕਿੱਥੇ ਹੈ, ਆਹ ਹਾਲਤ ਬਣੀ ਪਈ ਹੈ। ਰਹੋ ਵਿਚਾਰ ਅੱਗੇ ਸਾਹਿਬਾ ਕਿਰਪਾ ਕਰਦਾ, ਦੇਹੀ ਗੁਪਤ ਬਦੇਹੀ ਦਿਸੈ, ਸਗਲੇ ਸਾਜ ਕਰਤ ਜਗ ਦਿਸੈ, ਠੱਗਣ ਹਾਰ ਅਨਠੱਗਦਾ ਠੱਗੈ, ਬਿਨ ਬਾਕਰ ਫਿਰ ਫਿਰ ਉੱਠ ਲਾਗੈ। ਸਭ ਕਹਿੰਦੇ ਦੇਹੀ ਗੁਪਤ ਬਦੇਹੀ ਦਿਸੈ, ਜਿਹੜੀ ਅਸਲ ਵਿੱਚ ਸਥਿਰ ਦੇਹ ਹੈ, ਸੂਖਮ ਦੇਹ ਹੈ, ਜਿਹਨੂੰ ਆਤਮਾ ਕਹਿੰਦੇ ਆ, ਉਹ ਗੁਪਤ, ਉਹਨੂੰ ਤਾਂ ਇਹ ਜਾਣਦਾ ਹੀ ਨਹੀਂ ਹੈ। ਵਿਦੇਹ ਹੀ ਦਿਸੈ, ਆ ਵਿਦੇਹ ਜਿਹੜੇ ਸਰੀਰ ਜਿਹਨੂੰ ਛੱਡ ਜਾਣਾ। ਤੇ ਸਾਹਿਬ ਕਹਿੰਦੇ ਆਹੀ ਕੁਛ ਇਹਨੂੰ ਦਿਸਦਾ ਹੈ, ਵੀ ਮਾਲਕ ਨੀ ਇਹਨੂੰ ਦਿਸਦਾ, ਵਿਚਲਾ ਨਹੀਂ ਦਿਸਦਾ। ਇਹ ਬਾਹਰਲੇ ਨੂੰ ਦੇਖ ਕੇ ਕਹਿ ਦਿੰਦਾ ਵੀ ਆਹ ਤਾਂ ਫਲਾਣਾ, ਆਹ ਮੇਰਾ ਦੁਸ਼ਮਣਾ ਹੁੰਦਾ ਹੈ, ਆਹ ਫਲਾਣਾ ਹੁੰਦਾ ਹੈ, ਆਹ ਧਮਕਾਣਾ ਹੁੰਦਾ, ਏਦਾਂ ਹੀ ਜੈਲ ਸਾਂਦਰ ਖੜੀ ਕਰੀ ਫਿਰਦਾ, ਇਹ ਅੰਦਰੋਂ ਇਹ ਉਹੀ ਸੜੀ ਜਾਂਦਾ, ਇਹ ਮੇਰ ਤੇਰ ਵਿੱਚ ਹੀ ਬੇਗਾਨੇਪਣ ਵਿੱਚ ਹੀ, ਇਹਨੂੰ ਆਪਣਾ ਵਾਹਿਗੁਰੂ ਕਿਤੋਂ ਨਜ਼ਰ ਨਹੀਂ ਆਉਂਦਾ, ਪਰਮਾਤਮਾ ਨਜ਼ਰ ਨਹੀਂ ਆ ਰਿਹਾ। ਸਾਹਿਬ ਕਹਿੰਦੇ ਦੇਹੀ ਗੁਪਤ ਵਿਦੇਹੀ ਦਿਸੇ, ਬਸ ਆ ਵਿਦੇਹ ਜਿਹਨੂੰ ਛੱਡ ਜਾਣਾ ਉਹਦੇ ਵੱਲ ਵੇਖੀ ਜਾਂਦਾ, ਜਿਹੜੀ ਸਦਾ ਸਥਿਰ ਹੈ ਉਹਨੂੰ ਇਹ ਦੇਸਦਾ ਨਹੀਂ। ਸਗਲੇ ਸਾਜ ਕਰਤ ਜਗਦੀਸ਼ ਹੈ, ਇਹ ਸਾਰੇ ਸਾਜ ਨੇ ਜਿਹੜੇ ਆ ਸੰਸਾਰ ਵਿੱਚ ਜੋ ਕੁਝ ਬੋਲ ਵਾਲੇ ਵੱਲ ਕਰਤ ਰਹੇ ਨੇ, ਇਹ ਸਭ ਕੁਝ ਮੇਰਾ ਮਾਲਕ ਜਗਦੀਸ਼ ਹੈ, ਉਹ ਜਗਤ ਦਾ ਈਸ਼ਰ ਚਾਨਣ ਮਨਾਰਾ ਵਾਹਿਗੁਰੂ ਸਭ ਕੁਛ ਵੇਖ ਰਿਹਾ, ਉਹ ਸਭ ਨੂੰ ਜਾਣਦਾ ਵੀ ਕੀ ਕੌਣ ਕਰਦਾ, ਕਿੱਦਾਂ ਕੌਣ ਹੈ, ਕਿਹਦੀ ਹਾਲਤ ਕੀ ਹੈ, ਕਿਹਦੀ ਵਿਚਾਰ ਕੀ, ਕਿਹਦੇ ਅੰਦਰ ਕੀ ਚੱਲਦਾ, ਉਹ ਸਭ ਕੁਛ ਕਰਨ ਹਾਰ ਵਾਹਿਗੁਰੂ ਦੇਖਦਾ, ਠੱਗਣ ਹਾਰ ਅਣਠੱਗਦਾ ਠੱਗੇ। ਸਾਹਿਬ ਕਹਿੰਦੇ ਠੱਗਣ ਹਾਰਾ ਅਣਠੱਗਦੇ ਨੂੰ ਠੱਗੀ ਜਾਂਦਾ, ਜਿਹੜਾ ਮਾਲਕ ਕਿਤੇ ਠੱਗਿਆ ਨਹੀਂ ਜਾ ਸਕਦਾ, ਸਾਲ ਖਪਟ ਵਿੱਚ ਨਹੀਂ ਆਉਂਦਾ। ਤੇ ਆਹ ਜਿਹੜਾ ਮੇਰੇ ਵਾਹਿਗੁਰੂ ਨੂੰ ਕਹਿੰਦੇ ਅੰਦਰਲੀ ਜਿੰਦ ਨੂੰ ਸਾਡੀ ਨੂੰ ਉਹ ਠੱਗੀ ਜਾਂਦਾ ਹੈ, ਠੱਗਣ ਹਾਰ ਅਣਠੱਗਦੇ ਨੂੰ, ਜਿਹਨੂੰ ਕੋਈ ਠੱਗ ਨਹੀਂ ਸਕਦਾ ਅੱਜ ਉਹਨੂੰ ਠੱਗੀ ਜਾਂਦੇ ਆ। ਸਾਨੂੰ ਭਰਮਾਂ 'ਚ ਪਾ ਕੇ ਠੱਗੀਆਂ ਹੀ ਨੇ ਅੱਜ ਸਾਰੇ ਪਾਸੇ। ਜੇ ਆਪਣੇ ਆਪ ਨੂੰ ਅਸੀਂ ਭੁੱਲ ਗਏ ਤਾਂ ਇਹ ਕੁਛ ਹੈ, ਵੀ ਉਹ ਸ਼ੇਰ ਆਪਣੀ ਤਾਕਤ ਨੂੰ ਭੁੱਲ ਗਏ, ਗੁਰੂ ਪਿਆਰਿਓ ਆਮ ਪਸ਼ੂਆਂ ਨਹੀਂ ਉਹਨਾਂ ਦਾ ਖਾਤਮਾ ਕਰਦਾ। ਇੱਦਾਂ ਹੀ ਗੁਰੂ ਪਿਆਰਿਓ ਜਿਹੜੇ ਆਮ ਬੰਦੇ ਆਪਣੇ ਆਪ ਨੂੰ ਸਿਆਣੇ ਬਣੇ ਬੈਠੇ ਆ, ਜਿਹੜੇ ਆਮ ਜਿਹਨਾਂ ਕੋਲ ਕੱਖ ਨਹੀਂ ਹੈ, ਅਸੀਂ ਉਹਨਾਂ ਨੂੰ ਲੱਖਾਂ ਦੇ ਬਣਾ ਛੱਡਿਆ। ਤੇ ਮਾਲਕ ਕੀ ਕਹਿੰਦੇ ਆ ਵੀ ਆਹ ਵੇਖੋ ਭਾਈ, ਅਣ ਠੱਗੇ ਜਾਣ ਵਾਲੇ ਨੂੰ ਠੱਗਣ ਵਾਲੇ ਉਹੀ ਠੱਗੀ ਜਾ ਰਹੇ ਨੇ, ਬਿਨ ਵੱਖਰ ਫਿਰ ਫਿਰ ਉੱਠ ਲੱਗੇ। ਬਿਨ ਵੱਖਰ ਜਿਹਦੇ ਕੋਲ ਅਸਲੀ ਵਸਤੂ ਨਹੀਂ ਹੈ, ਤੇ ਮਾਲਕ ਕਹਿੰਦੇ ਉਹ ਠੱਗੇ ਹੀ ਜਾਂਦੇ ਆ ਭਾਈ, ਉਹ ਫਿਰ ਫਿਰ ਕੇ ਭਾਵ ਕੇ ਥੱਕ ਕੇ ਕਦੇ ਉੱਧਰ ਨੂੰ ਜਾਂਦੇ ਆ, ਕਦੇ ਉੱਧਰ ਨੂੰ ਜਾਂਦੇ ਆ, ਕਦੇ ਉੱਠ ਕੇ ਉਹਦੇ ਪਿੱਛੇ ਲੱਗ ਗਏ, ਕਦੇ ਉਹਦੇ ਪਿੱਛੇ ਲੱਗ ਗਏ। ਤੇ ਜੇ ਸੱਚੀ ਸਾਡੇ ਕੋਲ ਵਸਤੂ ਨਹੀਂ ਹੈ, ਸੱਚੀ ਵਸਤ ਜੋ ਅਸੀਂ ਲੈਣ ਆਇਆ, ਜਿਹਦੇ ਪ੍ਰਥਾ ਸਾਹਿਬ ਨੇ ਆਖਣਾ ਕੀਤਾ, ਜਿਸ ਵੱਖਰ ਕੋ ਲੈਣ ਤੂੰ ਆਇਆ, ਐ ਭਾਈ ਜਿਹੜੀ ਵਸਤੂ ਨੂੰ ਤੂੰ ਲੈਣ ਲਈ ਆਇਆ, ਕਹਿੰਦਾ ਸਾਨੂੰ ਦੱਸ ਵੀ ਦਿੱਤਾ ਵੀ ਵਿਆਰਿਆ ਇੱਥੋਂ ਮਿਲਜੂ, ਲੱਭਣ ਦੀ ਲੋੜ ਨਹੀਂ ਹੈ, ਇੱਥੋਂ ਮਿਲਜੂ, ਕਿੱਥੋਂ ਮਿਲਜੂਗੀ। ਰਾਮ ਨਾਮ ਸੰਤਨ ਘਰ ਪਾਇਆ, ਉਹ ਰਾਮ ਨਾਮ ਹੈ, ਉਹ ਸੱਚਾ ਨਾਮ ਹੈ, ਜਿਹਨੂੰ ਤੂੰ ਲੈਣ ਲਈ ਸੰਸਾਰ 'ਤੇ ਆਇਆ। ਜਿਹਦੇ ਪ੍ਰਥਾ ਸਾਹਿਬ ਨੇ ਕਹਿਤਾ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭੱਜ ਕੇਵਲ ਨਾਮ, ਕੇਵਲ ਨਾਮ ਜਿਹਨੂੰ ਤੂੰ ਲੈਣ ਲਈ ਆਇਆ, ਕੇਵਲ ਸੱਚ ਜਿਹਨੂੰ ਤੂੰ ਸਮਝਣ ਲਈ ਆਇਆ। ਸਾਹਿਬ ਕਹਿੰਦੇ ਨੇ ਉਹ ਭਾਈ ਆ ਸੰਗਤ ਵਿੱਚੋਂ ਮਿਲਦਾ, ਰਾਮ ਨਾਮ ਸੰਤਨ ਘਰ ਪਾਇਆ, ਉਹ ਸੰਤਾਂ ਕੋਲੋਂ, ਰੱਬ ਦੇ ਪਿਆਰਿਆਂ ਕੋਲੋਂ ਆ ਸੰਗਤ ਵਿੱਚੋਂ ਮਿਲਦਾ ਹੈ। ਤੇ ਸਾਹਿਬ ਕਹਿੰਦੇ ਹੈ ਕਿਵੇਂ ਮਿਲਦਾ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਕਹਿੰਦੇ ਮਾਣ ਸੜਦੇ ਹਿਰਦੇ ਵਿੱਚੋਂ ਹੀ ਉਸ ਮਾਲਕ ਨੂੰ ਤੋਲਣਾ ਕਰ, ਲੱਭਣਾ ਕਰ, ਢੂੰਡਣਾ ਕਰ, ਉਹ ਹਿਰਦੇ ਦੇ ਵਿੱਚ ਹੀ ਬੈਠਾ ਹੈ। ਉਹ ਕਿਸੇ ਸੋਨੇ ਨਾਲ, ਕਿਸੇ ਵੱਡੀਆਂ ਭੇਟਾਵਾਂ ਦੇ ਨਾਲ, ਬਹੁਤੇ ਵੱਡੇ ਚੜਾਵਿਆਂ ਨਾਲ ਨਹੀਂ,
ਕਿਉਂਕਿ ਸਾਹਿਬ ਨੇ ਕਹਿ ਦਿੱਤਾ ਮੰਗਣ ਵਾਲਿਆਂ ਨੇ ਮੰਗਣਾ ਕੀਤਾ ਰੱਬ ਦੇ ਪਿਆਰਿਆਂ ਕੋਲੋਂ ਵੀ ਇਹ ਬਾਬਾ ਇਹ ਭਗਤਾ ਸਾਨੂੰ ਵੀ ਆ ਦੇ ਦੇ ਜਿਹਦੇ ਨਾਲ ਤੂੰ ਆਨੰਦ ਮਾਣ ਰਿਹਾ ਤੂੰ ਖੁਸ਼ੀਆਂ ਖੇੜੇ ਵਿੱਚ ਹੈ ਇਹ ਸਾਨੂੰ ਵੀ ਦੇ ਦੇ ਉਹ ਕਹਿੰਦੇ ਲੈ ਲਾ ਭਾਈ ਉਹ ਰਾਮ ਨਾਵਾਂ ਪਰਮਾਤਮਾ ਦਾ ਉਹਦੇ ਨਾਲ ਹੀ ਇਹ ਖੇੜੇ ਆਨੰਦ ਨੇ ਉਹ ਕਹਿੰਦੇ ਦੇ ਫਿਰ ਕੀ ਲੈਣਾ ਸਾਤੋਂ ਲੈ ਲੈ ਤੇ ਉਹ ਕਹਿੰਦੇ ਕੀ ਦਵੋਗੇ ਕਹਿੰਦੇ ਸੋਨਾ ਲੈ ਲੈ ਸੋਨਾ ਤੇ ਆਖਣਾ ਕੀਤਾ ਵੀ ਸੋਨਾ ਲੈ ਲਾ ਬਾਬਾ ਜੀ ਕਹਿੰਦੇ ਨੇ ਕੰਚਨ ਸਿਉਂ ਪਾਈਆ ਨਹੀਂ ਤੋਲ ਕਹਿੰਦੇ ਕੰਚਨ ਦੇ ਤੋਲਣਾ ਨਾਲ ਨਹੀਂ ਮਿਲਦਾ ਏ ਕੰਚਨ ਸੋਨੇ ਨੂੰ ਕਹਿੰਦੇ ਆ ਕਹਿੰਦੇ ਫਿਰ ਮਿਲਦਾ ਕਿਵੇਂ ਆ ਉਹ ਕਹਿੰਦੇ ਰਾਮ ਮਨ ਦੇ ਨਾਮ ਲਿਓ ਹੈ ਮੁੱਲ ਮਨ ਦੇ ਦੇ ਤੇ ਰਾਮ ਮੁੱਲ ਮਨ ਦੇ ਬਦਲੇ ਲੈ ਲਾ ਲੈਤਾ ਜਾਂਦਾ ਆਓ ਮਨ ਆਈਆਂ ਸੁਣਨੀਆਂ ਪੈਂਦੀਆਂ ਨੇ ਮਨ ਨੂੰ ਵਾਹਿਗੁਰੂ ਨਾਲ ਜੋੜਨਾ ਪੈਂਦਾ ਸੱਚ ਵਿੱਚ ਸਮਾਉਣਾ ਪੈਂਦਾ ਇਹ ਰਹਿਮਤ ਹੁੰਦੀ ਆਪਾਂ ਵੀ ਕੋਸ਼ਿਸ਼ ਕਰੀਏ ਤੇ ਜਿੰਨਾ ਚਿਰ ਇਹ ਰਾਮ ਨਾਮ ਕੋਲੇ ਨੀ ਉਹਨਾਂ ਚਿਰ ਠੱਗੀਆਂ ਨੇ ਉਹਨਾਂ ਚਿਰ ਸਾਡੇ ਨਾਲ ਸਲ ਕਪਟ ਨੇ ਉਹਨਾਂ ਚਿਰ ਇਹ ਮਨ ਇਹ ਜਿੰਦ ਵਹਿਮਾਂ ਭਰਮਾਂ ਵਿੱਚ ਘੁੰਮਦੀ ਹੈ ਤੇ ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਬਿਨ ਬੱਖਰ ਫਿਰ ਉੱਠ ਲੱਗ ਗਏ ਤੇ ਆਖਿਰ ਵਿੱਚ ਕਹਿਤਾ ਸਾਹਿਬ ਜੀ ਨੇ ਸੰਤ ਸਭਾ ਮਿਲ ਕਰੋ ਵਖਿਆਣ ਸਿਮਰਤ ਸਾਸਤ ਵੇਦ ਵਰਾਣ ਬ੍ਰਹਮ ਵਿਚਾਰ ਵਿਚਾਰ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਸਭਾ ਕਹਿੰਦਾ ਸੰਤ ਸਭਾ ਮਿਲ ਕਰੋ ਵਖਿਆਣ ਸੰਤ ਸਭਾ ਸੰਤਾਂ ਦੀ ਸਭਾ ਰੱਬ ਦੇ ਪਿਆਰਿਆਂ ਦੀ ਸਭਾ ਸਭਾ ਦਾ ਭਾਵ ਕੀ ਆ ਸੰਗਤ ਆ ਦਰਬਾਰ ਗੁਰੂ ਕੇ ਦਰਬਾਰ ਜਦੋਂ ਗੁਰੂ ਕਾ ਦਰਬਾਰ ਲੱਗਿਆ ਹੋਇਆ ਤੇ ਇੱਥੇ ਸਾਹਿਬ ਕਹਿੰਦੇ ਨੇ ਮਿਲ ਕੇ ਵਖਿਆਣ ਕਰੀਏ ਸਮਝਣਾ ਕਰੀਏ ਵਿਚਾਰ ਕਰੀਏ ਸਿਮਰਤ ਸਾਸਤ ਵੇਦ ਪੁਰਾਣ ਸੰਗਤ ਨਾਲ ਮਿਲ ਕੇ ਸਿਮਰਤਾਂ ਦੀ ਸ਼ਾਸਤਰਾਂ ਦੀ ਵੇਦਾਂ ਦੀ ਪੁਰਾਣਾਂ ਦੀ ਕੁਤੇਬਾਂ ਦੀ ਗੁਰੂ ਕੀ ਬਾਣੀ ਦੀ ਵਿਚਾਰ ਕਰੀਏ ਭਾਵ ਕੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕੀਤੀ ਜਾਵੇ ਵਿਚਾਰ ਦੁਆਰਾ ਹੀ ਸਾਹਿਬ ਕਹਿੰਦੇ ਨੇ ਬ੍ਰਹਮ ਵਿਚਾਰ ਵਿਚਾਰ ਹੈ ਕੋਏ ਇਸ ਵਿਚਾਰ ਵਿੱਚੋਂ ਜਿਹੜਾ ਕੋਈ ਬ੍ਰਹਮ ਨੂੰ ਪਾਰ ਬ੍ਰਹਮ ਪਰਮਾਤਮਾ ਦੀ ਵਿਚਾਰ ਕਰਦਾ ਜੇ ਕੋਈ ਇਸ ਵਿਚਾਰ ਨੂੰ ਸਿੱਖ ਲਵੇ ਵਿਚਾਰ ਲਵੇ ਤੇ ਸਾਹਿਬ ਕਹਿੰਦੇ ਨਾਨਕ ਤਾਂ ਕੀ ਪਰਮਗਤ ਹੋਏ ਗੁਰੂ ਪਾਤਸ਼ਾਹ ਕਹਿੰਦੇ ਉਹਦੀ ਪਰਮਗਤੀ ਹੋ ਜਾਂਦੀ ਹੈ ਪਰਮਗਤੀ ਉਹ ਚੰਗੇ ਚਾਲ ਚੱਲਣ ਵਾਲਾ ਬਣ ਜਾਂਦਾ ਹੈ ਉਹ ਅਗਾਂਹ ਵਧੂ ਖਿਆਲਾਂ ਵਿੱਚ ਆ ਜਾਂਦਾ ਉਹਦੀ ਸੋਚ ਵਿਚਾਰ ਉੱਤੇ ਉੱਠ ਖੜਦੀ ਹੈ ਨਹੀਂ ਤਾਂ ਇੱਕ ਥਾਂ 'ਤੇ ਲੱਗੀ ਪਈ ਹੈ ਬਹੁਤ ਤਾਤ ਗਿਣਤੀ ਹੈ ਸਾਡੀ ਸੋਚ ਅਸੀਂ ਕਹਿੰਦੇ ਆਹੀ ਕੁਛ ਸੁਣਦੇ ਆ ਰਹੇ ਹਾਂ ਇੱਥੇ ਸਾਡੇ ਪਹਿਲਾਂ ਦੇ ਵੱਡੇ ਵਡੇਰੇ ਲੱਗੇ ਹੋਏ ਅਤੇ ਉੱਥੇ ਹੀ ਅਸੀਂ ਲੱਗੇ ਹਾਂ ਭਾਵ ਕਿ ਉਹੀ ਲੈਣ ਕਤਾਰ ਵਿੱਚ ਆ ਖੜੀ ਜਾਂਦੇ ਹਾਂ ਅੱਗੇ ਕੋਈ ਨਹੀਂ ਵਾਧਾ ਵਿਰਲਿਆਂ ਨੂੰ ਛੱਡ ਕੇ ਅਤੇ ਮਾਲਕ ਕਹਿੰਦੇ ਜਿਹੜਾ ਕੋਈ ਇਸ ਵਿਚਾਰ ਧਾਰਾ ਨਾਲ ਜੁੜਦਾ ਗੁਰੂ ਨਾਨਕ ਸਾਹਿਬ ਜੀ ਦੀ ਨਾਲ ਸਿਮਰਤ ਸ਼ਾਸਤਰ ਵੇਦ ਪੁਰਾਣਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕਰਕੇ ਜਿਹੜਾ ਅੱਗੇ ਨੂੰ ਚੱਲਦਾ ਸਾਹਿਬ ਕਹਿੰਦੇ ਉਹਦੀ ਪਰਮ ਗਤੀ ਹੋ ਜਾਂਦੀ ਹੈ ਸਾਡੀ ਵੀ ਕਿਤੇ ਪਰਮ ਗਤੀ ਹੋ ਜਾਵੇ ਅਸੀਂ ਵੀ ਪਰਮ ਪਰਮਾਤਮਾ ਵਾਹਿਗੁਰੂ ਨਾਲ ਮਿਲ ਜਾਈਏ ਸਾਹਿਬ ਦੇ ਚਰਣਾਂ ਵਿੱਚ ਅਰਜ ਕਰੀਏ ਸਾਹਿਬਾ ਤੁਹਾਡਾ ਇਹ ਸੱਚ ਨਾਮ ਉਪਦੇਸ਼ ਵਿਚਾਰ ਧਾਰਾ ਕਿਤੇ ਸਾਡੇ ਜੀਵਨ ਵਿੱਚ ਵੀ ਆ ਜਾਏ ਰਹਿਮਤ ਕਰਿਓ ਸਾਹਿਬਾ ਤੁਹਾਡੇ ਗੁਣ ਗਾਈਏ ਮਿਹਰ ਕਰੋ ਸਾਡਾ ਵੀ ਜੀਵਨ ਸੋਹਣਾ ਬਣ ਜਾਵੇ ਐਸੀ ਕਿਰਪਾ ਕਰਿਓ ਸੱਚੇ ਪਾਤਸ਼ਾਹ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ 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 ਸਲੋਕ ਬਵਣ ਗੁਰੂ ਪਾਣੀ ਪੀਤਾ ਮਾਤਾ ਧਰਤ
देवश रात दोई दाई दाया खिल सागल चंगे आईना बरिया बाचा धर्मा करमी आपो अपनी के नेड़के जिन्हें नाम त्याया गए मसकत नानक ते मुख उजल केती सुटी जिन्हें नाम त्याया गए मसकत नानक ते मुख उजल केती सुटी नाल वाहे गुरु जी का खालसा वाहे गुरु जी की।